ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਮੇਨ ਕੋਰਸ ਬੁੱਕ ਉਸ ਦਾ ਲੈਸਨ ਨੰਬਰ 1 ði ਹੈਪੀ ਪ੍ਰਿੰਸ ਇਸ ਲੈਸਨ ਦੀ ਰੀਡਿੰਗ ਅਤੇ ਟ੍ਰਾਂਸਲੇਸ਼ਨ ਅਤੇ ਐਕਸਪਲੇਨੇਸ਼ਨ ਨੂੰ ਕੰਟੀਨਿਊ ਕਰਦੇ ਹੋਏ ਆਓ ਹੁਣ ਦੂਸਰਾ ਭਾਗ ਕਰੀਏ ਸੋ ਇਹ ਜਿਹੜੀ ਪੂਰੀ ਕਹਾਣੀ ਹੈ ਬੱਚਿਓ ਤਿੰਨ ਪਾਗਾਂ ਵਿੱਚ ਮੁਕੰਮਲ ਹੋਏਗੀ ਸੋ ਬੜੀ ਹੀ ਪ੍ਰੇਰਣਾਦਾਇਕ ਤੇ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਇਹਦਾ ਜਿਹੜਾ ਅੰਤ ਹੈ ਜਿਹੜਾ ਐਂਡਿੰਗ ਹੈ ਉਹ ਬੜੀ ਹੀ ਕਮਾਲ ਦੀ ਹੈ ਸੋ ਆਓ ਹੁਣ ਅਸੀਂ ਜਿਹੜਾ ਭਾਗ ਹੈਗਾ ਦੂਸਰਾ ਇਹਨੂੰ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਸੇ ਚੈਨਲ ਦੇ ਉੱਤੇ 10th ਕਲਾਸ ਦੀਆਂ ਚਾਰ ਪਲੇ ਲਿਸਟਾਂ ਹੋ ਰਹੀਆਂ ਜੋ ਤੁਹਾਡੇ ਮਤਲਬ ਦੀਆਂ ਹੋ ਸਕਦੀਆਂ ਨੇ 10th ਮੈਥ ਜਿਹਦੇ ਵਿੱਚ ਤੁਹਾਡੀ ਸਾਰੀ ਮੈਥ ਦੀ ਕਿਤਾਬ ਜਿਹੜੀ ਹੈ ਹੱਲ ਕਰਕੇ ਪਾ ਦਿੱਤੀ ਗਈ ਹੈ ਇਨਕਲੂਡਿੰਗ ਦੀ ਆਪਸ਼ਨਲ ਐਕਸਰਸਾਈਜ਼ਸ ਤੇ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ ਜੇ ਤੁਹਾਨੂੰ ਕੋਈ ਸਵਾਲ ਨਹੀਂ ਸਮਝ ਆਉਂਦਾ ਤੇ ਫਿਰ 10th ਮੈਥ ਨੋਟਸ ਜਿਹਦੇ ਵਿੱਚ ਮੈਥਮੈਟੀਕਲ ਟਰਮਸ ਥਿਉਰਮਸ ਕਨਸੈਪਟਸ ਜਾਂ ਹੋਰ ਜਿਹੜੀ ਜ਼ਰੂਰੀ ਗੱਲਾਂ ਨੇ ਜਿਹਦੇ ਰਾਹੀਂ ਜਿਹਦੇ ਰਾਹੀਂ ਤੁਸੀਂ ਸਵਾਲਾਂ ਨੂੰ ਬੜੇ ਸਹੀ ਢੰਗ ਦੇ ਨਾਲ ਸਮਝ ਸਕਦੇ ਹੋ ਤੇ ਹੱਲ ਕਰ ਸਕਦੇ ਹੋ ਤੇ ਕੀਤੇ ਹੋਏ ਹੱਲ ਨੂੰ ਵੀ ਛੇਤੀ ਸਮਝ ਸਕਦੇ ਹੋ ਉਹ ਸਾਰੀ ਗੱਲਾਂ ਉਹਨਾਂ ਨੂੰ ਸਮਝਾਈਆਂ ਗਈਆਂ ਹਨ ਇੱਕ ਹੋਰ ਪਲੇਲਿਸਟ ਹੈ 10th ਮੈਥ ਐਕਸਟਰਾ ਕੁਐਸਚਨਸ ਜਿਹਦੇ ਵਿੱਚ ਕੁਆਡਰੈਟਿਕ ਇਕੁਏਸ਼ਨਸ ਦੇ ਦੋ ਘਾਤੀ ਸਮੀਕਰਨ ਅਤੇ ਟ੍ਰਿਗਨੋਮੈਟਰੀ ਦੇ ਜਿਹੜੇ ਐਕਸਟਰਾ ਸਵਾਲ ਹੈਗੇ ਨੇ ਕਿਤਾਬ ਤੋਂ ਬਾਹਰੇ ਸੋ ਉਹ ਸਵਾਲ ਹੱਲ ਕਰਕੇ ਪਾ ਦਿੱਤੇ ਗਏ ਨੇ ਜਿਹੜੇ ਬੱਚਾ ਨੂੰ ਮੈਥ ਦਾ ਸ਼ੌਕ ਹੈਗਾ ਗਣਿਤ ਦਾ ਉਹ ਪ੍ਰੈਕਟਿਸ ਵਾਸਤੇ ਉਹ ਸਵਾਲ ਕਾਫੀ ਵਧੀਆ ਨੇ ਤੇ ਇੱਕ ਪਲੇਲਿਸਟ ਹੋ ਰਹੀ ਹੈ 10th ਸਾਇੰਸ ਜਿਹਦੇ ਵਿੱਚ ਤੁਹਾਡੇ ਸਾਇੰਸ ਦੇ ਚੈਪਟਰ ਦੇ ਨੋਟਸ ਬਣਾ ਕੇ ਉਹਨਾਂ ਨੂੰ ਸਮਝਾਇਆ ਗਿਆ ਉਹਦੇ ਇਨਕਲੂਡਿੰਗ ਇਨ ਟੈਕਸ ਕੁਐਸਚਨਸ ਉਹਨਾਂ ਨੂੰ ਹੱਲ ਕੀਤਾ ਗਿਆ ਤੇ ਜਿਹੜੀ ਉਹਦੀ ਐਕਸਰਸਾਈਜ਼ਸ ਨੇ ਉਹਨਾਂ ਨੂੰ ਵੀ ਹੱਲ ਕਰ ਦਿੱਤਾ ਗਿਆ ਸੋ ਤੁਸੀਂ ਆਪਣੀ ਲੋੜ ਦੇ ਮੁਤਾਬਕ ਚੈਨਲ ਤੇ ਜਾ ਕੇ ਪਲੇਲਿਸਟ ਤੇ ਜਾ ਕੇ ਉਹਨਾਂ ਦਾ ਲਾਹਾ ਲੈ ਸਕਦੇ ਹੋ ਸੋ ਆਓ ਸ਼ੁਰੂ ਕਰੀਏ ਇਹਦੀ ਹੈਪੀ ਪ੍ਰਿੰਸ ਪਾਰਟ 2 ਲਾਸਟ ਅਸੀਂ ਸਟਾਪ ਕੀਤਾ ਸੀ ਜਦੋਂ ਉਹ ਕਹਿੰਦਾ ਕਿ ਆਈ ਵਾਂਟ ਟੂ ਗੋ ਟੂ ਏਜੀਪਟ ਫਿਰ ਮੈਨੂੰ ਮੁੰਡਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਠੀਕ ਹੈ ਸੋ ਇੱਥੇ ਹੁਣ ਹੈਪੀ ਪ੍ਰਿੰਸ ਨੇ ਉਹਨੂੰ ਕੀ ਕਹਿੰਦਾ ਉਹ ਕਹਿੰਦਾ ਨਹੀਂ ਮਤਲਬ ਉਹ ਉਦਾਸ ਹੋ ਜਾਂਦਾ ਬਟ ਦੀ ਹੈਪੀ ਪ੍ਰਿੰਸ ਲੁੱਕਡ ਸੋ ਸੈਡ ਥੈਟ ਦੀ ਲਿਟਲ ਸਵੈਲੋ ਵਾਸ ਸੌਰੀ ਜਦੋਂ ਉਹਨੇ ਉਹਨੂੰ ਕੋਰਾ ਜਵਾਬ ਦਿੱਤਾ ਸਵੈਲੋ ਨੇ ਅਵਾਜ਼ ਵੀ ਲੈ ਕਿ ਆਈ ਡੋਨਟ ਥਿੰਕ ਆਈ ਲਾਈਕ ਦ ਬॉयਸ ਐਂਡ ਆਈ ਏਮ ਇੰਟਰਸਟਿਡ ਇਨ going to egypt ਤੇ ਮੈਂ egypt ਜਾਣਾ ਹੈ ਸੋ ਉਹਦੇ ਆ ਗੱਲ ਜਿਹੜੇ ਸੁਣੀ ਤੇ ਜਿਹੜਾ ਹੈਪੀ ਪ੍ਰਿੰਸ ਸੀਗਾ ਉਹ ਵਿਚਾਰਾ ਬੜਾ ਉਦਾਸ ਹੋ ਗਿਆ ਪਰ ਉਹ ਖੁਸ਼ ਰਾਜਕੁਮਾਰ ਇੰਨਾ ਉਦਾਸ ਦਿਖਿਆ ਕਿ ਅਬਾਬੇਲ ਨੂੰ ਬੁਰਾ ਮਹਿਸੂਸ ਹੋਇਆ ਉਹਨੇ ਉਹਦੇ ਚਿਹਰੇ ਤੇ ਹਾਫ-ਪਾਉ ਦੇਖ ਕੇ ਬੁਰਾ ਮਹਿਸੂਸ ਕੀਤਾ ਤੇ ਫਿਰ ਉਹਨੇ ਕਿਹਾ ਵੀ ਇਟ ਇਜ਼ ਵੈਰੀ ਕੋਲਡ ਹੇਅਰ ਇੱਥੇ ਬੜੀ ਠੰਡ ਹੈ ਹੀ ਸੈਂਟ ਬਟ ਹੀ ਐਗਰੀ ਟੂ ਸਟੇ ਵਿਦ ਹਿਮ ਫਾਰ ਵਨ ਨਾਈਟ ਐਂਡ ਬੀ ਹਿਸ ਮੈਸੈਂਜਰ ਮੈਸੈਂਜਰ ਮੈਨੇ ਦੂਤ ਜਾਂ ਹਰਕਾਰਾ ਐਗਰੀਡ ਮੈਨੇ ਸਹਿਮਤ ਹੋ ਗਿਆ ਰਾਜ਼ੀ ਹੋ ਗਿਆ ਟੂ ਸਟੇ ਵਿਦ ਹਿਮ ਉਹਦੇ ਕੋਲ ਠਹਿਰਨ ਲਈ ਫਾਰ 190 ਕਰਾ ਦਿੰਦਾ ਪਰ ਉਹ ਉਸ ਕੋਲ ਇੱਕ ਰਾਤ ਰੁਕਣ ਲਈ ਅਤੇ ਉਸ ਦਾ ਦੂਤ ਬਣਨ ਲਈ ਰਾਜ਼ੀ ਹੋ ਗਿਆ ਜਦੋਂ ਉਹਨੇ ਰਾਜਕੁਮਾਰ ਦੇ ਚਿਹਰੇ ਤੇ ਉਦਾਸੀ ਦੇਖੀ ਤੇ ਉਹਨੇ ਕਿਹਾ ਚਲੋ ਇੱਥੇ ਠੰਡ ਤੇ ਬੜੀ ਹੈ ਪਰ ਮੈਂ ਤੇਰੇ ਕੋਲ ਇੱਕ ਰਾਤ ਠਹਿਰਾਂਗਾ ਤੇ ਤੇਰਾ ਇਹ ਕੰਮ ਕਰ ਦਾਂਗਾ ਫਿਰ ਤੇਰਾ ਦੂਤ ਬਣਾਂਗਾ ਫਿਰ ਉਹ ਕਹਿੰਦਾ ਥੈਂਕ ਯੂ ਲਿਟਲ ਸਫੈਲੋ ਤੇਰਾ ਧੰਨਵਾਦ ਛੋਟੇ ਅਬਾਬੀ ਸੈਡ ਦੀ ਪ੍ਰਿੰਸ ਰਾਜਕੁਮਾਰ ਨੇ ਫਿਰ ਉਹਦਾ ਧੰਨਵਾਦ ਕੀਤਾ ਦੀ ਸਵੈਲੋ ਪਿਕ ਡਾਊਟ ਦੀ ਗ੍ਰੇਟ ਰੂਬੀ ਫਰੋਂ ਦੀ ਪ੍ਰਿੰਸ ਵੋਰਡ ਫਿਰ ਅਵਾ ਬੀਲ ਨੇ ਰਾਜਕੁਮਾਰ ਦੀ ਤਲਵਾਰ ਚੋਂ ਰਤਨ ਕੱਢਿਆ ਜਿੱਦਾਂ ਕਿ ਰਾਜਕੁਮਾਰ ਨੇ ਕਿਹਾ ਸੀਗਾ ਐਂਡ ਫਲੂ ਅਵੇ ਅਤੇ ਉੱਡ ਕੇ ਗਿਆ ਦੂਰ ਵਿਦ ਇਟ ਉਹਦੇ ਨਾਲ ਇਨ ਇਸ ਬੀਕ ਆਪਣੀ ਚੁੰਝ ਵਿੱਚ ਓਵਰ ਦੀ ਰੂਫਸ ਆਫ ਦੀ ਟਾਊਨ ਸ਼ਹਿਰ ਦੀਆਂ ਛੱਤਾਂ ਦੇ ਉੱਪਰੋਂ ਦੀ ਅਤੇ ਉਸ ਨੂੰ ਆਪਣੀ ਚੁੰਝ ਵਿੱਚ ਲੈ ਕੇ ਨਗਰ ਦੀਆਂ ਛੱਤਾਂ ਦੇ ਉੱਪਰੋਂ ਦੂਰ ਉੱਡ ਗਿਆ ਹੀ ਪਾਸਟ ਬਾਈ ਦੀ ਕੈਥੇਡਰਲ ਟਾਵਰ ਟਾਵਰ ਮੈਨੇ ਇਮਾਰਤ ਕੈਥੇਡਰਲ ਮੈਨੇ ਗਿਰਜਾ ਕਰ ਸੋ ਉਹ ਗਿਰਜੇ ਦੀ ਇਮਾਰਤ ਦੇ ਲਾਗਿਓ ਨੰਗਿਆ ਪਾਸਟ ਬਾਈ ਪਾਸ ਬਾਈ ਹੁੰਦਾ ਲਾਗਿਓ ਨੰਗਣਾ ਵੇਅਰ ਦੀ ਵਾਈਟ ਮਾਰਬਲ ਵਾਈਟ ਚਿੱਟਾ ਮਾਰਬਲ ਸੰਗਮਰਮਰ ਐਂਜਲਸ ਫਰਿਸ਼ਤੇ ਵਰ ਸਕਲਪਚਰਡ ਸਕਲਪਚਰਡ ਮੈਨੇ ਤਰਾਸ਼ੇ ਗਏ ਸੀਗੇ ਜਿੱਦਾਂ ਪੁਰਾਣੀ ਇਮਾਰਤਾਂ ਹੁੰਦੀ ਸੀ ਬੱਚਿਓ ਤੇ ਕੰਧ ਦੇ ਵਿੱਚ ਹੀ ਖੜੇ ਹੁੰਦੇ ਸੀਗੇ ਮੂਰਤੀਆਂ ਸੋ ਜਿੱਥੇ ਚਿੱਟੇ ਸੰਗਮਰਮਰ ਵਿੱਚ ਮਰਮਰ ਵਿੱਚ ਫਰਿਸ਼ਤੇ ਤਰਾਸ਼ੇ ਜਾਂ ਖੜੇ ਹੋਏ ਸਨ ਸੋ ਇਹ ਵੇਰਵਾ ਹੈਗਾ ਇਹ ਕਿਹਦੀ ਨਜ਼ਰ ਆਹੀ ਅਬਾਬੀ ਉੜਦਾ ਜਾ ਰਿਹਾ ਹੈ ਤੇ ਉੜਦੇ-ਉੜਦੇ ਉਹ ਕੀ ਦੇਖ ਰਿਹਾ ਹੈ ਕਿ ਲਖਾਰੀ ਨੇ ਉਹਦਾ ਮੇਰਵਾ ਦਿੱਤਾ। ਫਿਰ ਕਹਿੰਦੇ ਹੀ ਪਾਸਡ ਬਾਈ ਦੀ ਪੈਲਸ ਉਹ ਮਹਲ ਦੇ ਲਾਗਿਓਂ ਵੀ ਲੰਘਿਆ ਐਂਡ ਹਰਡ ਦੀ ਸਾਊਂਡ ਆਫ ਡਾਂਸਿੰਗ ਅਤੇ ਨਾਚ ਦੀ ਆਵਾਜ਼ ਸੁਣੀ ਆ ਬਿਊਟੀਫੁਲ ਗਰਲਿਕ ਸੁਣੀ ਮੋਟਿਆਰ ਕੇਮ ਆਊਟ ਬਾਹਰ ਆਈ ਓਨ ਦੀ ਬਾਲਕਨੀ ਛੱਜੇ ਪਰ ਛੱਜੇ ਦੇ ਉੱਪਰ ਵੇਦਰ ਲਵਰ ਆਪਣੇ ਮਹਿਬੂਬ ਦੇ ਨਾਲ ਸੋ ਇੱਕ ਸੋਹਣੀ ਮੁਟਿਆਰ ਆਪਣੇ ਮਹਿਬੂਬ ਨਾਲ ਬਾਹਰ ਛੱਜੇ ਤੇ ਆਈ ਤੇ ਕੀ ਗੱਲ ਕਰ ਰਹੀ ਹੈ ਆਈ ਹੋਪ ਮਾਈ ਡਰੈਸ ਵਿਲ ਬੀ ਰੈਡੀ ਇਨ ਟਾਈਮ ਮੈਂ ਆਸ ਕਰਦੀ ਹਾਂ ਕਿ ਮੇਰੀ ਪੋਸ਼ਾਕ ਸਮੇਂ ਸਿਰ ਤਿਆਰ ਹੋ ਜਾਏਗੀ ਫਾਰ ਦੀ ਸਟੇਟ ਬਾਲ ਸਟੇਟ ਮੈਨੇ ਸ਼ਾਹੀ ਬਾਲ ਮੈਨੇ ਡਾਂਸ ਤੁਮ ਦੱਸਿਆ ਸੀ ਪਹਿਲੇ ਕਿਸ ਵਿੱਚ ਹੈ ਖਰਾਇਆ ਸੀਗਾ ਸ਼ਬਦ ਹੈ ਸੀ ਬਾਲ ਮੈਨੇ ਗੇਂਦ ਵੀ ਹੁੰਦਾ ਤੇ ਬਾਲ ਮੈਨੇ ਡਾਂਸ ਹੀ ਹੁੰਦਾ ਸੋ ਬਾਲ ਰੂਮ ਹੁੰਦਾ ਡਾਂਸ ਰੂਮ ਕੋਟ ਬਾਲ ਮੈਨੇ ਸ਼ਾਹੀ ਦਰਬਾਰ ਦੇ ਵਿੱਚ ਸ਼ਾਹੀ ਜਿਹੜਾ ਉਹ ਹਾਲ ਹੈਗਾ ਉਹਦੇ ਵਿੱਚ ਜੋ ਡਾਂਸ ਹੋਣਾ ਹੈ ਸੋ ਉਹਦੀ ਤਿਆਰੀ ਹੋ ਰਹੀ ਹੈ ਤੇਦਰੋਂ ਪਤਾ ਲੱਗਦਾ ਹੈ ਕਿ ਇਹ ਕੁੜੀ ਉਹੀ ਹੈ ਜੋ ਮਹਾਰਾਣੀਆਂ ਦੀ ਸਭ ਤੋਂ ਪਿਆਰੀ ਪ੍ਰਮੁੱਖ ਗੋਲੀਆਂ ਚੋਂ ਹੈਗੀ ਹੈ ਉੱਤੇ ਲਿਖਿਆ ਨਾ ਸ਼ੀ ਵਾਸ ਏਮਬਰਾਇਡਰਿੰਗ ਫਲਾਵਰਸ ਔਨ ਦੀ ਸਾਰਟਨ ਗਾਊਨ ਆਫ ਵਨ ਆਫ ਦੀ ਲਵਲੀਸਟ ਕੁਇਨਸ ਮੇਡਸ ਆਫ ਆਨਰ ਪਹਿਲੀ ਕਿਸ ਚ ਚਾਇ ਸੀਗਾ ਜਿਹੜੀ ਰਾਣੀਆਂ ਦੀ ਸਭ ਤੋਂ ਪ੍ਰਮੁੱਖ ਗੋਲੀਆਂ ਚੋਂ ਹੈਗੀ ਸੀ ਉਹਦੇ ਲਈ ਉਹ ਸਾਰਟਨ ਦੇ ਉੱਤੇ ਸਾਰਟਨ ਦੇ ਗਾਊਨ ਦੇ ਉੱਤੇ ਉਹ ਆਪਣੀ ਕਢਾਈ ਕਰਦੀ ਪਈ ਸੀ ਫੁੱਲਾਂ ਦੀ ਜਿਹੜੀ ਉਹ ਗਰੀਬਔਰਤ ਸੀਗੀ ਜਿਹਦਾ ਜ਼ਿਕਰ ਪਹਿਲੀ ਕਿਸ਼ਤ ਵਿੱਚ ਆਇਆ ਸੋ ਇਹ ਇਹ ਦਾ ਮਤਲਬ ਵੀ ਗੋਲੀ ਹੋਈ ਹੈ ਕਹੇਰੀ ਕਿ ਆਈ ਹੋਪ ਮਾਈ ਡਰੈਸ ਵਿਲ ਬੀ ਰੈਡੀ ਕਿ ਮੈਂ ਆਸ ਕਰਦੀ ਹਾਂ ਕਿ ਮੇਰੀ ਜਿਹੜਾ ਉਹ ਨਾਚ ਦਾ ਸ਼ਾਹੀ ਸਮਾਗਮ ਹੈ ਉਹਦੇ ਵਾਸਤੇ ਉਹ ਮੇਰੀ ਜਿਹੜੀ ਪੁਸ਼ਾਕ ਇਸ ਸਮੇਂ ਸਿਰ ਤਿਆਰ ਹੋ ਜਾਏਗੀ ਕਹਿੰਦੀ ਆਈ ਹੈਵ ਆਰਡਰਡ ਫਲਾਵਰਸ ਟੂ ਬੀ embroiderd ਔਨ ਇਟ ਮੈਂ ਉਸ ਉੱਤੇ ਫੁੱਲਾਂ ਦੀ ਕਢਾਈ ਕਰਨ ਲਈ ਆਖਿਆ ਹੋਇਆ ਹੈ ਬਟ ਦੀ ਸੀਮਸ ਸਟ੍ਰੈਸਿਸ ਆਰ ਸੋ ਲੇਜੀ ਪਰ ਦਰਜੀਆਣੀਆਂ ਤਾਂ ਬਹੁਤ ਸੁਸਤ ਹਨ ਜਿਹਦਾ ਆਮ ਬੰਦੇ ਕੋਈ ਉਲਾਮੇ ਦਿੰਦੇ ਨੇ ਇਹ ਟਿੱਪਣੀਆਂ ਕਰਦੇ ਨੇ ਕਿ ਉਹ ਤੇ ਬੜੀਆਂ ਸੁਸਤ ਨੇ ਤੇ ਸਮੇਂ ਸਿਰ ਪਤਾ ਨਹੀਂ ਪੂਰੀ ਹੁੰਦੀ ਕਿ ਨਹੀਂ ਹੁੰਦੀ ਹਨਾ ਫਿਰ ਕਹਿੰਦੇ ਹੀ ਪਾਸਡ ਓਵਰ ਦਾ ਰਿਵਰ ਉਹ ਨਦੀ ਦੇ ਉਪਰੋਂ ਦੀ ਲੰਘਿਆ ਐਂਡ ਸਾਦੀ ਸੌਦੀ ਲੈਂਟਰਨਸ ਉਹਨੇ ਲੈਂਟਰਨਾਂ ਦੇਖੀਆਂ ਕਿੱਥੇ ਹੈਂਗਿੰਗ ਔਨ ਦੀ ਮਾਸਟਸ ਮਾਸਟ ਹੁੰਦੇ ਬੱਚੇ ਮਸਤੂਲ ਜਿੱਦਾਂ ਇਹ ਸਾਡੇ ਸੜਕਾਂ ਦੇ ਖੰਭੇ ਨਹੀਂ ਲੱਗੇ ਹੁੰਦੇ ਮਤਲਬ ਕਿ ਮੈਂ ਉਪਮਾ ਦੇ ਰਿਹਾ ਉਹ ਚੀਜ਼ ਤੇ ਨਹੀਂ ਹੁੰਦੀ ਮੈਂ ਜਾਂਚ ਤੇ ਕੰਮ ਕੀਤਾ ਤੇ ਜਹਾਜ਼ ਦੇ ਵਿੱਚ ਸੈਂਟਰ ਲਾਈਨ ਵਿੱਚ ਗੱਬੇ ਸੈਂਟਰ 'ਚ ਲੰਬੇ ਦਾਣੂ ਦੋ ਘੱਟ ਤੋਂ ਘੱਟ ਮਾਸਟ ਹੁੰਦੇ ਨੇ ਜਿਆਦਾ ਵੀ ਹੋ ਸਕਦੇ ਨੇ ਪਰ ਦੋ ਮੇਨ ਹੁੰਦੇ ਨੇ ਇੱਕ ਪਿੱਛੇ ਹੁੰਦਾ ਹੈ ਤੇ ਇੱਕ ਅੱਗੇ ਹੁੰਦਾ ਹੈ ਤੇ ਉੱਤੇ ਲਾਈਟਾਂ ਲੱਗੀਆਂ ਹੁੰਦੀਆਂ ਠੀਕ ਹੈ ਨਾ ਅਗਲਾ ਮਾਸ ਥੋੜਾ ਨੀਵਾਂ ਹੁੰਦਾ ਹੈ ਪਿਛਲਾ ਮਾਸਟ ਹੋਰ ਉੱਚਾ ਹੁੰਦਾ ਤੇ ਐ ਉਹਨੂੰ ਕਹਿੰਦੇ ਆ ਮਸਤੂਲ ਠੀਕ ਹੈ ਸੋ ਉਹਨੇ ਨਦੀ ਦੇ ਉੱਪਰੋਂ ਦੀ ਲੰਗਿਆ ਤੇ ਜਾਜਾਂ ਦੇ ਮਸਤੂਲਾਂ ਤੇ ਲਾਲ ਟੈਨਾਂ ਲੰਮਕਤੀਆਂ ਦੇਖੀਆਂ ਐਟ ਲਾਸਟ ਹੀ ਕੇਮ ਟੂ ਦੀ ਪੂਰ ਹਾਊਸ ਐਂਡ ਲੁੱਕਡ ਏਡਕ ਮਤਲਬ ਕਿ ਅਖੀਰ ਐ ਸਾਰਾ ਸਫਰ ਤੈਅ ਕਰਦੇ ਕਰਦੇ ਮਲੀ ਪੈਲੇਸ ਲੰਗਿਆ ਕੈਥੀਡਰਲ ਲੰਗਿਆ ਨਦੀਆਂ ਦੇ ਉਪਰੋਂ ਨੰਗਾ ਫਿਰ ਉਹ ਕਿਥੇ ਉਸ ਗਰੀਬ ਘਰ ਤਾਂ ਹੀ ਆਇਆ ਅਤੇ ਅੰਦਰ ਨਜ਼ਰ ਪਾਈ ਅੰਦਰ ਚਾਹਤ ਮਾਰੀ ਲੁੱਕਡ ਇਨ ਤੇ ਕੀ ਲੱਗਦਾ ਦੀ ਬாய் ਵਾਸ ਟਾਸਿੰਗ ਫੀਵਰਿਸ਼ਲੀ ਓਨ ਹਿਸ ਬੈਡ ਫੀਵਰਿਸ਼ਲੀ ਹੁੰਦਾ ਬੱਚਿਓ ਭਈ ਇਹ ਬੁਖਾਰ ਦੇ ਨਾਲ ਤਪਦਾ ਹੋਵੇ ਬੰਦਾ ਐਜੀਟੇਟਿਡ ਫੀਲ ਕਰੇ ਬੇਚੈਨ ਫੀਲ ਕਰੇ ਬੇਚੈਨ ਮਹਿਸੂਸ ਹੋ ਰਹੇ ਉਹਨੂੰ ਚੈਨ ਨਾ ਆਵੇ ਟਾਸਿੰਗ ਮੈਨੇ ਪਲਸਟੇ ਲੈਣੇ ਕਦੀ ਖੱਬੇ ਕਦੀ ਸੱਜੇ ਕਦੀ ਖੱਬੇ ਟਿੱਕੇ ਜਨ ਅਚਵਾਈ ਲੱਗੀ ਹੁੰਦੀ ਜਿਹਦੇ ਕਹਿੰਦੇ ਆਪਾਂ ਦੀ ਬੋਏ ਵਾਸ ਟਾਸਿੰਗ ਫੀਵਰਿਸ਼ਲੀ ਓਨ ਹਿਸ ਬੈਡ ਮੁੰਡਾ ਬੇਚੈਨ ਹੋਇਆ ਬਿਸਤਰੇ ਤੇ ਪਰਸਿੱਟੇ ਲੈ ਰਿਹਾ ਸੀ ਜਦੋਂ ਨੇ ਚਾਤ ਮਾਰੀ ਐਂਡ ਦੀ ਮਦਰ ਹੈਡ ਫਾਲਨ ਇਨ ਸਲੀਪ ਉਹਦੀ ਜਿਹੜੀ ਮਾਂ ਸੀ ਉਹ ਸੌ ਚੁੱਕੀ ਸੀ ਸ਼ਿਵਾ ਸੋ ਟਾਇਰਡ ਉਹਨੇ ਥੱਕੀ ਹੋਈ ਸੀ ਅਤੇ ਮਾਂ ਸੌ ਚੁੱਕੀ ਸੀ ਉਹਨੇ ਥੱਕੀ ਹੋਈ ਸੀ ਇਨ ਹੀ ਹੌਪਡ ਆਪਨੇ ਦਾ ਦਾ ਹੌਲੀ ਹੌਲੀ ਪੈਰ ਲਾ ਕੇ ਜਾਣਾ ਤਾਂ ਕਿ ਰੋਲਾ ਨਾ ਪਵੇ ਇਨ ਹੀ ਹੌਪਡ ਐਂਡ ਲੇਡ ਰੱਖ ਦਿੱਤਾ ਪਾ ਦਿੱਤਾ ਲਟਾ ਦਿੱਤਾ ਕੀ ਗ੍ਰੇਟ ਰੂਬੀ ਉਸ ਰਤਨ ਨੂੰ ਕਿੱਥੇ ਆਉਂਦੀ ਟੇਬਲ ਟੇਬਲ ਦੇ ਉੱਤੇ ਬਿਸਾਈਡ ਦੀ ਵੂਮਨਸ ਥਿੰਬਲ ਥਿੰਬਲ ਹੁੰਦਾ ਬਈ ਛੱਲਾ ਜਿਹੜੇ ਬੰਦੇ ਆ ਦਰਜੀ ਦਾ ਕੰਮ ਕਰਦੇ ਨੇ ਤਰਪਾਈਆਂ ਦਾ ਕੰਮ ਕਰਦੇ ਨੇ ਟੋਪੇ ਦਾ ਕੰਮ ਕਰਦੇ ਨੇ ਤੇ ਉਹ ਸੂਈ ਜਿਹੜੀ ਹੈ ਬਾਰ-ਬਾਰ ਉਂਗਲਾਂ ਵਿੱਚ ਗੁੱਠੇ 'ਚ ਖੁੱਬਦੀ ਹੈ ਤੇ ਫਿਰ ਉਹ ਕੀ ਕਰਦੇ ਨੇ ਆਪਣੀ ਉਂਗਲ ਦੀ ਜਿਹੜੀ ਚਮੜੀ ਨੂੰ ਪ੍ਰੋਟੈਕਟ ਕਰਨ ਲਈ ਉਹਦਾ ਨੂੰ ਸੰਭਾਲ ਲਈ ਉਹ ਇੱਕ ਛੱਲਾ ਜਿਹਾ ਪਾਇਆ ਹੁੰਦਾ ਤਾਂ ਕਿ ਜਿਹੜੀ ਸੂਈ ਦੀ ਚੋਕ ਜਿਹੜੀ ਹੈ ਉਹ ਛੱਲੇ ਤੇ ਲੱਗੇ ਤੇ ਚਮੜੀ ਦੇ ਨਾਲ ਲੱਗੇ ਸਾਨੂੰ ਕਹਿੰਦੇ ਥਿੰਬਲ ਕਿੰਨੇ ਠੀਕ ਹੈ ਊਮੈਸ ਸਿੰਬਲ ਉਹ ਅੰਦਰ ਹੌਲੀ ਜਿਹਾ ਟਪਕੇ ਗਿਆ ਅਤੇ ਉਸ ਰਤਨ ਨੂੰ ਔਰਤ ਦੇ ਛੱਲੇ ਦੇ ਨਾਲ ਮੇਜ਼ ਤੇ ਰੱਖ ਦਿੱਤਾ ਥੈਨ ਹੀ ਫਲੂ ਜੈਂਟਲੀ ਰਾਉਂਡ ਦੀ ਬੈਡ ਫੈਨਿੰਗ ਦੀ ਬੋਇਜ਼ ਫੋਰਹੈਡ ਫਿਰ ਉਹ ਹੌਲੀ ਜਿਹੇ ਮੁੰਡੇ ਦੇ ਮੱਥੇ ਤੇ ਆਪਣੇ ਖੰਭਾਂ ਨਾਲ ਹਵਾ ਕਰਦੇ ਮੰਜੇ ਦੇ ਆਲੇ ਦੁਆਲੇ ਉੜਿਆ ਮੜੀ ਉਹ ਜਿੱਥੇ ਮੰਜਾ ਮੰਜੇ ਤੇ ਬੱਚਾ ਪਿਆ ਸੀਗਾ ਮੁੰਡਾ ਉਹਦਾ ਪਲਸੇਟੇ ਲੈ ਰਿਆ ਸੀਗਾ ਉਹਨੇ ਉਹਦੇ ਆਲੇ ਦੁਆਲੇ ਪ੍ਰਕਰਮਾ ਜੀ ਕੀਤੀ ਕਿਸੋਂ ਦੀ ਤੇ ਉਹਦੇ ਦੇ ਦੇ ਉੱਤੇ ਉਹਨੇ ਖੰਭਾਂ ਦੇ ਨਾਲ ਉਹਨੂੰ ਹਵਾ ਦਿੱਤੀ ਫੈਨਿੰਗ ਹਾਉ ਗੂ ਲਈ ਫੀਲ ਮੁੰਡਾ ਬੜਾ ਖੁਸ਼ ਹੋਇਆ ਕਹਿੰਦੇ ਵਾਹ ਮੈਨੂੰ ਕਿੰਨਾ ਠੰਡਾ ਲੱਗਿਆ ਸੈਟ ਦੀ ਬੋਏ ਆਈ ਮਸਟ ਬੀ ਗੈਟਿੰਗ ਬੈਟਰ ਲੱਗਦਾ ਮੈਂ ਠੀਕ ਹੋ ਰਿਹਾ ਲੱਗਦਾ ਮੈਂ ਰਾਜੀ ਹੋ ਰਿਹਾ ਠੀਕ ਹੈ ਮੈਂ ਜ਼ਰੂਰ ਰਾਜੀ ਹੋ ਰਿਹਾ ਹੋਵਾਂਗਾ ਐਂਡ ਹੀ ਸੈਂਕ ਸੈਂਕ ਵਿੱਚ ਡੁੱਬ ਗਿਆ ਕਿਹਦੇ ਵਿੱਚ ਡਿਲੀਸ਼ੀਅਸ ਸਲੰਬਰ ਸਲੰਬਰ ਹੁੰਦਾ ਡੂੰਗੀ ਨੀਂਦ ਡਿਲੀਸ਼ੀਅਸ ਮਨੇ ਮਿੱਠਾ ਸੁਆਦੀ ਅਤੇ ਉਹ ਮਿੱਠੀ ਡੂੰਗੀ ਨੀਂਦ ਵਿੱਚ ਡੁੱਬ ਗਿਆ ਉਦھے ਦੇਖੋ ਨੇਵਨੀ ਇਨੀ ਸੇਵਾ ਕੀਤੀ ਇੱਕ ਤੇ ਰੂਵੀ ਵੀ ਰਹਾ ਆ ਤੇ ਨਾਲ ਉਹਨੇ ਖੰਮਾਂ ਦੇ ਨਾਲ ਹਵਾ ਕੀਤੀ ਤੇ ਜਿਹੜਾ ਮੁੰਡਾ ਵਿਚੈਨ ਹੋਇਆ ਪਲਸੇਟੇ ਰਹਾ ਸੀਗਾ ਉਹ ਡੂਗੇ ਨਹੀਂ ਵਿਸੋਂ ਗਿਆ then the swallow flew back ਫਿਰ ਉਹ ਅਬਬਿਲ ਉੱਡ ਕੇ ਵਾਪਸ ਆਇਆ ਟੂ ਦਾ ਹੈਪੀ ਪ੍ਰਿੰਸ ਖੁਸ਼ ਰਾਜਪੂਤ ਕੋਲ ਐਂਡ ਟੋਲਡ ਹੀ ਮਤੈ ਉਹਨੂੰ ਦੱਸਿਆ ਵਟ ਹੀ ਹੈ ਡਨ ਜੋ ਉਹਨੇ ਕੀਤਾ ਸੀ ਫਿਰ ਅਬਬਿਲ ਉੱਡ ਕੇ ਖੁਸ਼ ਰਾਜਪੂਤ ਕੋਲ ਮੁੜਿਆ ਅਤੇ ਉਸਨੂੰ ਦੱਸਿਆ ਕਿ ਉਸਨੇ ਕੀ ਕੀਤਾ ਸੀ ਤੇ ਜਦੋਂ ਉਹਨੇ ਦੱਸਿਆ ਫਿਰ ਨਾਲ ਲੱਗਦਾ ਉਹਨੇ ਕੀ ਕਿਹਾ ਇਟ ਇਜ਼ ਕਿਊਰੀਅਸ ਕਿੰਨੇ ਅਜੀਬ ਗੱਲੇ ਇਹ ਅਬਵਿਲ ਕਹਿ ਰਿਹਾ ਹੀ ਰਿਮਾਰਕਡ ਉਹਨੇ ਨਾਲ ਟਿੱਪਣੀ ਕੀਤੀ ਕਹਿੰਦੇ ਬਟ ਆਈ ਫੀਲ ਕੁਆਇਟ ਵਾਰਮ ਨਾਓ ਆਲਥੋ ਇਟ ਇਜ਼ ਸੋ ਕੋਲਡ ਕਹਿੰਦੇ ਹਾਲਾਂਕਿ ਇੰਨੀ ਠੰਡ ਹੈ ਪਰ ਹੁਣ ਮੈਨੂੰ ਬੜਾ ਨਿਗਾ ਨਿਗਾ ਮਹਿਸੂਸ ਹੋ ਰਿਹਾ ਹੈ ਬੜਾ ਵਧੀਆ ਲੱਗ ਰਿਹਾ ਪਰ ਹੁਣ ਮੈਂ ਕਾਫੀ ਨਿਗਾ ਮਹਿਸੂਸ ਕਰਦਾ ਹਾਲਾਂਕਿ ਇੰਨੀ ਠੰਡ ਹੈ ਤੇ ਉਹ ਰਾਜਮਰ ਕੀ ਕਹਿੰਦਾ ਜਵਾਬ ਦਿੰਦਾ ਕਿ ਦਿਸ ਇਜ਼ ਬਿਕੋਜ਼ ਯੂ ਹੈਵ ਡਨ ਅ ਗੁੱਡ ਐਕਸ਼ਨ ਕਹਿੰਦੇ ਉਹ ਇਸ ਕਰਕੇ ਕਿਉਂਕਿ ਤੂੰ ਇੱਕ ਚੰਗਾ ਕੰਮ ਕੀਤਾ ਹੈ ਤੂੰ ਉਸ ਗਰੀਬ ਆਦਮੀ ਦੀ ਮਦਦ ਕਰਕੇ ਆਇਆ ਹੈ ਉਹ ਜਿਹੜਾ ਮੁੰਡਾ ਬਿਮਾਰ ਪਿਆ ਸੀ ਤੂੰ ਉੱਤੇ ਹਵਾ ਚੱਲ ਕੇ ਆਇਆ ਹੈ ਤੂੰ ਇੱਕ ਪੁੰਨ ਦਾ ਕੰਮ ਕੀਤਾ ਹੈ ਸੈੱਡ ਦੀ ਪ੍ਰਿੰਸ ਰਾਜਕੁਮਾਰ ਨੇ ਕਿਹਾ ਐਂਡ ਦੀ ਲਿਟਲ ਸਵੈਲੋ ਬੀਗਨ ਟੂ ਥਿੰਕ ਤੇ ਜਿਹੜਾ ਛੋਟਾ ਬਬੀ ਸੀ ਉਹ ਚੋਚੀ ਪਿਆ ਗਿਆ ਉਹ ਸੋਚਣ ਲੱਗ ਗਿਆ ਐਂਡ ਦੈਨ ਫੈਲ ਇਨ ਸਲੀਪ ਉਹ ਤੇ ਸੌ ਗਿਆ ਸੋ ਉਹ ਤੇ ਛੋਟਾ ਵਲੀਲ ਚੋਚੀ ਪਿਆ ਗਿਆ ਤੇ ਫਿਰ ਸੌ ਗਿਆ ਕਿਉਂਕਿ ਥਿੰਕਿੰਗ ਆਲਵੇਜ਼ ਮੇਡ ਹਿਮ ਸਲੀਪੀ ਐ ਸੋਚ ਦੀ ਕਰਿਆ ਉਹਨੂੰ ਹਮੇਸ਼ਾ ਉਨੀਂਦਰਾ ਜਾਂ ਨਿੰਦਰਾਇਆ ਬਣਾਉਂ ਦਿੰਦੀ ਸੀ ਵੰਦੀ மூਨ ਰੋਜ਼ ਹੀ ਫਲੂ ਬੈਕ ਟੂ ਦੀ ਹੈਪੀ ਪ੍ਰਿੰਸ ਜਦੋਂ ਚੰਦ ਚੜ੍ਹਿਆ ਉੱਡ ਕੇ ਮੁੜ ਖੁਸ਼ ਰਾਜਕੁਮਾਰ ਕੋਲ ਗਿਆ ਤੇ ਸਿੱਧਾ ਇੱਧਾ ਗਿਆ ਹੈਵ ਯੂ ਐਨੀ ਕਮਿਸ਼ਨਸ ਫਾਰ ਇਜੀਪਟ ਕਹਿੰਦਾ ਪੀਦਾਰੇ ਕੋਈ ਇਜੀਪਟ ਦੇ ਕਰਨ ਵਾਲੇ ਕੰਮ ਹੈਗੇ ਨੇ ਜਿੱਦਾਂ ਆਮ ਬੰਦਾ ਹੁੰਦਾ ਨਾ ਵੀ ਚਲੋ ਭਾਈ ਮੈਂ ਜਲੰਧਰ ਚੱਲਣਾ ਕੋਈ ਕੰਮ ਗੁੰਮ ਤੇ ਨਹੀਂ ਹੈਗਾ ਦੱਸੋ ਮੈਂ ਸ਼ਹਿਰ ਚੱਲਣਾ ਕੋਈ ਕੰਮ ਤੇ ਨਹੀਂ ਹੈਗਾ ਮੈਂ ਗੜ੍ਹ ਚੱਲਣਾ ਕੋਈ ਕੰਮ ਤੇ ਨਹੀਂ ਹੈਗਾ ਆਮ ਅਸੀਂ ਕਹਿੰਦੇ ਨਾ ਬੰਦੇ ਘਰ ਤੇ ਪਰਿਵਾਰ 'ਚ ਵੱਡਾ ਹੋਵੇ ਆਣਗਵਾਂ ਹੋਵੇ ਕੋਈ ਮਿੱਤਰ ਹੋਣ ਵੀ ਮੈਂ ਉਧਰ ਚੱਲਣਾ ਸਵੇਰੇ ਵੀ ਨਿਕਲਣਾ ਸਵਕਤੇ ਨਿਕਲਣਾ ਤੇ ਰਾਤੀ ਹਣਾ ਤੇ ਉਹ ਸਿੱਧੇ ਆ ਕੇ ਉਹਨੇ ਮਨ ਲਈ ਸੋਚਿਆ ਵੀ ਚਲੋ ਰਾਜਕੁਮਾਰ ਨੇ ਕੰਮ ਇਤਿਆਸੀਗਾ ਮੈਂ ਪਹਿਲੇ ਨਾ ਕੀਤੀ ਫਿਰ ਉਦਾਸ ਹੋ ਗਿਆ ਫਿਰ ਮੇਰਾ ਮਨ ਬਦਲ ਗਿਆ ਤੇ ਮੈਂ ਉਹਨੂੰ ਸਹਿਮਤ ਹੋ ਗਿਆ ਕਰਾਤਣ ਲਈ ਤੇ ਹੁਣ ਸਿੱਧਾ ਆ ਕੇ ਕਹਿੰਦਾ ਹੈਵ ਯੂ ਐਨੀ ਕਮਿਸ਼ਨਸ ਕਮਿਸ਼ਨਸ ਹੁੰਦੇ ਬੱਚਿਓ ਅਸਾਈਨਮੈਂਟਸ ਕੋਈ ਇੰਪੋਰਟੈਂਟ ਕੰਮ ਹੋਣ ਕੋਈ ਜ਼ਿੰਮੇਵਾਰੀ ਵਾਲੇ ਕੰਮ ਉਹਨੂੰ ਕਮਿਸ਼ਨਸ ਕਹਿੰਦੇ ਆ ਸੋ ਉਹਨੇ ਕਰਟਸੀ ਦੇ ਤੌਰ ਤੇ ਪੁੱਛਿਆ ਕਿ ਮਿਸਰ ਦੇ ਤੇਰੇ ਕੋਈ ਕਰਨ ਵਾਲੇ ਕੰਮ ਹਨ ਰਾਜਕੁਮਾਰ ਨੂੰ ਪੁੱਛਿਆ ਹੀ ਕ੍ਰਾਈਡ ਉਹ ਚੈੱਕਿਆ ਆਈ ਐਮ ਜਸਟ ਸਟਾਰਟਿੰਗ ਬਸ ਮੈਂ ਹੁਣ ਤੁਰਨ ਹੀ ਲੱਗਾ ਕਿ ਹੁਣ ਮੈਂ ਇਜੀਪਟ ਵਾਲੇ ਪਾਸੇ ਜਾ ਰਿਹਾ ਤੇ ਅੱਗੇ ਰਾਜਕੁਮਾਰ ਕੀ ਕਹਿੰਦਾ ਸਵੈਲੋ ਸਵੈਲੋ ਲਿਟਲ ਸਵੈਲੋ ਅਵਾ ਵੀ ਲਵਾ ਵੀਲ ਛੋਟੇ ਅਵਾ ਵੀ ਸੈਟ ਦਾ ਪ੍ਰਿੰਸ ਰਾਜਕੁਮਾਰ ਨੇ ਕਿਹਾ ਵਿਲ ਯੂ ਸਟੇ ਵਿਦ ਮੀ ਵਨ ਨਾਈਟ ਲੰਗਰ ਕੀ ਤੂੰ ਮੇਰੇ ਕੋਲ ਇੱਕ ਰਾਤ ਹੋਰ ਰੁਕੇਗਾ ਆਈ ਐਮ ਵੇਟਡ ਫਾਰ ਇਨ ਇਜੀਪਟ ਉਹਨੇ ਫੇ ਕਿਹਾ ਮੈਨੂੰ ਮਿਸਰ ਵਿੱਚ ਉਡੀਕਿਆ ਜਾ ਰਿਹਾ ਹੈ ਭਾਈ ਆਨਸਰ ਦੀ ਸਵੈਲੋ ਉਹਨੇ ਜਵਾਬ ਦਿੱਤਾ ਅਵਾ ਵੀਲ ਨੇ ਸਵੈਲੋ ਸਵੈਲੋ ਲਿਟਲ ਸਵੈਲੋ ਅਬਾ ਬੀ ਲਬਬੇ ਛੋਟੇ ਬਬੇ ਸੈਟ ਦਾ ਪ੍ਰਿੰਸ ਰਾਜਕੁਮਾਰ ਲੈ ਕੇ ਫਾਰ ਅਵੇ ਅਕਰੋਸ ਦ ਸਿਟੀ ਆਈ ਸੀ ਆ ਯੰਗ ਮੈਨ ਇਨ ਅ ਗੈਰਟ ਗੈਰਟ ਹੁੰਦਾ ਬੱਚੇ ਪਰਛਤੀ ਜਾਂ ਕਮਰਾ ਛੋਟਾ ਜਾਂ ਘੁਰਨਾ ਜਾਂ ਛੱਤ ਦੇ ਉੱਪਰ ਬਣਿਆ ਹੁੰਦਾ ਇਹਨੂੰ ਪਰਛਤੀ ਕਹਿ ਦਿੰਨੇ ਆ ਜਾਂ ਕਮਰੇ ਦੇ ਅੰਦਰ ਹੀ ਕਮਰਾ ਬਣਿਆ ਹੁੰਦਾ ਪਰਛਤੀ ਜਿਹਾ ਸਟੋਰੇਜ ਲਈ ਰੱਖਿਆ ਜਾਂਦਾ ਹੁਣ ਜਿੱਥੇ ਪਰਛਤੀ ਤੇ ਬਰਸਾਤੀ ਤੇ ਸਟੋਰ ਦਾ ਸਮਾਨ ਰੱਖਿਆ ਜਾਵੇ ਤੇ ਉੱਥੇ ਬੰਦਾ ਠਹਿਰਿਆ ਤੇ ਇਧਰੋਂ ਪਤਾ ਲੱਗਦਾ ਕਿ ਕਿੰਨਾ ਗਰੀਬ ਹੋਏਗਾ ਠੀਕ ਹੈ ਨਾ ਉਹ ਕਹਿੰਦਾ ਆਈ ਸੀ ਆ ਯੰਗ ਮੈਨ ਇਨ ਅ ਗੈਰਟ ਠੀਕ ਹੈ He is leaning over a desk covered with papers. ਉਹ ਕਾਗਜ਼ਾਂ ਨਾਲ ਟੱਕੇ ਹੋਏ ਮੇਜ਼ ਉੱਤੇ ਝੁਕਿਆ ਹੋਇਆ ਹੈ। ਮਤਲਬ ਕਿ ਦਾ ਸਿਰ ਸੁੱਟਿਆ ਹੋਇਆ ਉਹਨੇ ਡੈਸਕ ਦੇ ਉੱਤੇ ਤੇ ਡੈਸਕ ਦੇ ਉੱਤੇ ਕਾਗਜ਼ੀ ਗੱਬੜੀ ਪਏ ਨੇ। And in the glasswise side. ਅਤੇ ਉਹਦੇ ਨਾਲ ਹੀ ਇੱਕ ਗਲਾਸ ਪਿਆ ਹੈ। ਗਲਾਸ ਮਤਲਬ ਕਿ ਇੱਥੇ ਸ਼ੀਸ਼ੇ ਦਾ ਵੀ ਗਲਾਸ ਦੀ ਬਚੀ ਹੋ ਸਕਦੀ ਹੈ। ਕੋਈ ਗੜਵੀ ਵਰਗਾ ਪੰਡਾ ਹੋ ਸਕਦਾ ਹੈ। ਕੋਈ ਗਲਾਸ ਹੋ ਸਕਦਾ ਹੈ, ਕੋਈ ਜਾਰ ਹੋ ਸਕਦਾ ਹੈ। ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਹੈ ਦੇਸ਼ਾਂ 'ਚ ਕੀ ਕਰਦੇ ਕਿ ਉਹ ਫੁੱਲ ਦੀਆਂ ਟਾਹਣੀਆਂ ਰੱਖ ਦਿੰਦੇ ਨੇ ਤਾਂ ਕਿ ਉਹ ਫੁੱਲ ਖਿੜੇ ਰਹਿੰਦੇ ਹਨ, ਹਨਾ? ਤੇ बाई साइड हियर इज अ बंच ऑफ विदरड वॉयलेट्स बैंगनी पौधे या बैंगनी फूल विदरड माने मुरझाए हुए सूखे हुए जणा जो नमी जा चुकी है अते उस दे नाल ही ग्लास विच मुरझाए बैंगनी फुल्ला दा गुच्छा है बंच माने गुच्छा वॉयलेट माने बैंगनी ते वॉयलेट्स मतलब दा मतलबंदा बच्चो बैंगनी रंग दे पौधे या फूल दोना वस्ते इदा ਵਰਤਿਆ ਜਾਂਦਾ ਸ਼ਬਦ ते, ते विदरड हुंदा जे चूं नमी उड़ जावे ते चीज सूख जावे without leaves without flowers without stems ha na without branches ta asi keh sakde ha his hair is brown and crisp ode wal badami ya bhure rang de han crisp mane khungrale han a crisp walan vaste je le vartya jada eda manunda e khungrale niti crisp da manunda karara and his lips are as red as a pomegranate pomegranate honda anar te ode bhull jade ne anar varge lal hege han ਐਂਡ ਹੀ ਹੈਜ਼ ਲਾਰਜ ਐਂਡ ਡ੍ਰੀਮੀ ਆਈਜ਼ ਅਤੇ ਉਹਦੀਆਂ ਅੱਖਾਂ ਵੱਡੀਆਂ ਤੇ ਸੁਸਤਾਈਆਂ ਹੋਈਆਂ ਨੇ ਕਿ ਸੁਸਤ ਅੱਖਾਂ 'ਚ ਕੋਈ ਸੁਪਨਾ ਹੈ ਕਿ ਜਾਨ ਨਹੀਂ ਹੈਗੀ ਵੀ ਇਦਾਂ ਖਾਲੀ ਦੇਖਦੀਆਂ ਪਈਆਂ ਵੀ ਅੱਖਾਂ ਵਿੱਚ ਕੋਈ ਜਾਨ ਨਹੀਂ ਹੈਗੀ ਜ਼ਿੰਦਗੀ ਨਹੀਂ ਹੈਗੀ ਹੀ ਇਜ਼ ਟ੍ਰਾਈਂਗ ਟੂ ਫਿਨਿਸ਼ ਅ ਪਲੇ ਆ ਪਲੇ ਇੱਕ ਨਾਟਕ ਟੂ ਪਲੇ ਹੁੰਦਾ ਖੇਡਣਾ ਆ ਪਲੇ ਖੇਡ ਵੀ ਹੋ ਸਕਦਾ ਹੈ ਆ ਪਲੇ ਦਾ ਮਤਲਬ ਹੁੰਦਾ ਨਾਟਕ ਉਹ ਇੱਕ ਨਾਟਕ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਫੋਰ ਦੀ ਡਾਇਰੈਕਟਰ ਆਫ ਦਾ ਥੀਏਟਰ ਥੀਏਟਰ ਦੇ ਨਿਰਖ ਜੋ ਨਿਰਦੇਸ਼ਕ ਹੈ ਉਹ ਦੇ ਲਈ ਉਹਨੂੰ ਕੰਮ ਦਿੱਤਾ ਹੋਇਆ ਹੈ ਉਹਨੇ ਆਥੇ ਉਹ ਥੀਏਟਰ ਦੇ ਨਿਰਦੇਸ਼ਕ ਲਈ ਇੱਕ ਨਾਟਕ ਮੁਕੰਮਲ ਕਰਨ ਦਾ ਯਤਨ ਕਰ ਰਿਹਾ ਹੈ ਬਟ ਹੀ ਇਸ ਟੂ ਕੋਲ ਟੂ ਰਾਈਟ ਐਨੀ ਮੋਰ ਪਰ ਉਹ ਨਾ ਠਰਿਆ ਹੋਇਆ ਇਨੀ ਠੰਡੇ ਕਿ ਉਹਦੇ ਕੋ ਹੋਰ ਲਿਖਿਆ ਨਹੀਂ ਜਾ ਰਿਹਾ ਹੋਰ ਕੁਝ ਲਿਖ ਨਹੀਂ ਸਕਦਾ ਠੀਕ ਹੈ ਪਰ ਉਹ ਨਾ ਠਰਿਆ ਹੋਇਆ ਹੈ ਕਿ ਉਹ ਹੋਰ ਨਹੀਂ ਲਿਖ ਸਕਦਾ ਥੇਰ ਇਜ਼ ਨੋ ਫਾਇਰ ਇਨ ਦੀ ਗ੍ਰੇਟ ਉਹਦੀ ਅੰਗੇਠੇ ਵਿੱਚ ਕੋਈ ਆਗ ਨਹੀਂ ਹੈਗੀ ਐਂਡ ਹੰਗਰ ਹੈਜ਼ ਮੇਡ ਹਿਮ ਫੇਂਟ ਫੇਂਟ ਹੁੰਦਾ ਹੈ ਜੇ ਰੋਸ਼ਮੀ ਹੁੰਦਾ ਹੈ ਫੇਟਮੈਨੇ ਕਮਜ਼ੋਰ ਨਹੀਂ ਹੁੰਦਾ ਹੈ ਫੇਟਮੈਨੇ ਫਿੱਕਾ ਵੀ ਹੁੰਦਾ ਹੈ ਅਤੇ ਭੁੱਖ ਨੇ ਉਹਨੂੰ ਕਮਜ਼ੋਰ ਕਰ ਦਿੱਤਾ ਹੈ ਹੁਣ ਇਹ ਸਾਰਾ ਵੇਰਵਾ ਉਹਨੇ ਅਵਾਬੀਲ ਨੂੰ ਦਿੱਤਾ ਤੇ ਅਵਾਬੀਲ ਤੇ ਚੰਗਾ ਇਨਸਾਨ ਸੀਗਾ ਹੀ ਉਹ ਵੀ ਚੰਗਾ ਪੰਛੀ ਸੀਗਾ ਜਿਹਦਾ ਪਹਿਲੇ ਉਹ ਰਾਜਕੁਮਾਰ ਦੀ ਉਦਾਸੀ ਦੇਖ ਕੇ ਉਹਨੇ ਮਨ ਬਦਲ ਲਿਆ ਸੀਗਾ ਹੁਣ ਜਿੱਲੇ ਉਹਨੇ ਉਹਦੇ ਸਾਰਾ ਨੌਜਵਾਨ ਦੀ ਖਸਤਾ ਹਾਲਤ ਦਾ ਵੇਰਵਾ ਦਿੱਤਾ ਤੇ ਅਵਾਬੀਲ ਕੀ ਕਹਿੰਦਾ ਆਈ ਵਿਲ ਵੇਟ ਵਿਦ ਯੂ ਵਨ ਨਾਈਟ ਲੋਂਗਰ ਮੈਂ ਤੇਰੇ ਕੋਲ ਇੱਕ ਰਾਤ ਹੋਰ ਉਡੀਕਾਂਗਾ ਵੇਟ ਵਿਦ ਹੁੰਦਾ ਹੈ ਜਾਂ ਵੇਟ ਔਨ ਹੁੰਦਾ ਹੈ

ਸੂਫੀ ਟੂ ਦੀ ਯੰਗ ਪਲੇ ਰਾਈਟ ਹੁਣ ਪਲੇ ਮੈਨ ਨਾਟਕ ਪਲੇ ਰਾਈਟ ਨਾਟਕਕਾਰ ਨਾਟਕ ਲਿਖਣ ਵਾਲਾ ਸੋ ਉਹਨੇ ਫਿਰ ਪੁੱਛਿਆ ਕਹਿੰਦੇ ਕੀ ਉਹ ਇੱਕ ਹੋਰ ਰਤਨ ਉਸ ਨੌਜਵਾਨ ਨਾਟਕਕਾਰ ਕੋਲ ਲੈ ਕੇ ਜਾਏ ਅਲਾਸ ਅਫਸੋਸ ਆਈ ਹੈਵ ਨੋ ਰੂਬੀ ਨਾਓ ਹੁਣ ਮੇਰੇ ਕੋਲ ਹੋਰ ਕੋਈ ਰਤਨ ਨਹੀਂ ਹੈਗਾ ਅਰਥਾਤ ਉਹਦੀ ਤਲਵਾਰ ਦੇ ਵਿੱਚ ਤਲਵਾਰ ਦੇ ਦਸਤੇ ਵਿੱਚ ਇਕੱਲਾ ਇੱਕੋ ਹੀ ਰੂਬੀ ਸੀ ਇੱਕੋ ਰਤਨ ਸੀ ਸੋ ਸੈਡ ਦਾ ਪ੍ਰਿੰਸ ਮਾਈ ਆਈਜ਼ ਆਰ ਆਲ ਦੈਟ ਆਈ ਹੈਵ ਲੈਫਟ ਮੇਰੇ ਕੋਲ ਬਸ ਮੇਰੀਆਂ ਅੱਖਾਂ ਹੀ ਬਚੀਆਂ ਹਨ they are made of rare sapphires sapphire ਮਨੇ ਨੀਲਮ ਰੇਅਰ ਮਨੇ ਦੁਰਲਭ ਅਰਥਾਤ ਕੀਮਤੀ ਉਹ ਕੀਮਤੀ ਨੀਲਮ ਦੀਆਂ ਬਣੀਆਂ ਹੋਈਆਂ ਹਨ which were brought out of india a thousand years ago ਜੋ ਹਜ਼ਾਰ ਸਾਲ ਪਹਿਲਾਂ ਭਾਰਤ ਤੋਂ ਲਿਆਂਦੇ ਗਏ ਸਨ ਇਹ ਬਲੇ ਨੀਲਮ ਤੇ ਉਹ ਫਿਰ ਮੇਰੇ ਅੱਖਾਂ ਦੀ ਥਾਂ ਮੇਰੇ ਬੁੱਧ ਵਿੱਚ ਲਾਏ ਗਏ he ordered the swallow to pluck out one of them ਉਹਨੇ ਅਬਬਿਲ ਨੂੰ ਹੁਕਮ ਦਿੱਤਾ ਕਿ ਉਹ ਦੋ ਅੱਖਾਂ ਚੋਂ ਇੱਕ ਨੂੰ ਬਾਹਰ ਉਖੇੜ ਲਵੇ ਕੱਢ ਲਵੇ ਐਂਡ ਟੇਕ ਇਟ ਟੂ ਦਾ ਪਲੇ ਰਾਈਟ ਅਤੇ ਨਾਟਕਕਾਰ ਕੋਲ ਲੈ ਜਾਏ ਉਸਨੇ ਅਬਾ ਵੀਲ ਨੂੰ ਉਹਨਾਂ ਚੋਂ ਇੱਕ ਨੂੰ ਖੇਡਣ ਦਾ ਅਤੇ ਨਾਟਕਕਾਰ ਕੋਲ ਲੈ ਜਾਣ ਦਾ ਹੁਕਮ ਦਿੱਤਾ ਫਿਰ ਗਿਆ ਹੀ ਵਿਲ ਸੈਲ ਇਟ ਟੂ ਦਾ ਜੂਲਰ ਜੂਲਰ ਉਹ ਇਸ ਨੂੰ ਜੋਰੀ ਦੇ ਕੋਲ ਵੇਚ ਦੇਗਾ ਐਂਡ ਬਾਏ ਫਾਇਰਵੁੱਡ ਬਾਲਣ ਲੈ ਲੇਗਾ ਐਂਡ ਫਿਨਿਸ਼ ਇਸ ਪਲੇ ਅਤੇ ਉਹਨੂੰ ਨਿਗ ਮਿਲੇਗਾ ਉਹ ਤੰਦਰੁਸਤ ਹੋ ਜਾਏਗਾ ਤੇ ਉਹ ਫਿਰ ਆਪਣਾ ਨਾਟਕ ਖਤਮ ਕਰ ਲੇਗਾ ਹੀ ਸੈਡ ਡੀਅਰ ਪ੍ਰਿੰਸ ਸੈਡ ਦਸ ਫੈਲੋ प्यारे राजकुमार अवाबिल ने क्या आई कैन नॉट डू दैट मैं वो नहीं कर सकदा कि तेरी आंखू खेड़न दा काम मैं नहीं कर सकदा एंड ही बिगन टू वीप ते वो रोण लाग पया फिर कंदे स्वेलो स्वेलो लिटल्स स्वेलो अब अलील अब अलील छोटे वाली सेट द प्रिंस राजकुमार ने क्या डू एज आई कमांड यू जिवें मैं तैनू हुक्म करदा उवें ही कर सो दिस स्वेलो प्लक्ड आउट द प्रिंस आई सो इस तरह फिर अवाबिल ने वदी राजकुमार दी एक आंख ਬਾਰਪੁਟੀ ਐਂਡ ਫਲੂ ਅਵੇ ਟੂ ਸਟੂਡੈਂਟਸ ਗੈਰੇਟ ਸਟੂਡੈਂਟ ਮਲਕੀਓ ਪਲੇ ਰਾਈਟਰ ਅਲੇ ਸਟੂਡੈਂਟ ਹੈ ਟ੍ਰੇਨਿੰਗ ਜਗਾ ਉਹ ਵਿਦਿਆਰਥੀ ਹੈ ਸਿੱਖਦਾ ਪਿਆ ਗੈਰੇਟ ਮੈਨੇ ਪਰਛਤੀ ਸੋਬਲੀਲ ਨੇ ਰਾਜਕੁਮਾਰ ਵਿਦਿਆਖਪੁਟੀ ਤੇ ਉੱਡ ਕੇ ਵਿਦਿਆਰਥੀ ਦੀ ਪਰਛਤੀ ਤੇ ਗਿਆ ਕਹਿੰਦੇ ਇਟ ਵਾਸ ਈਜ਼ੀ ਇਨਾਫ ਟੂ ਗੈਟ ਇਨ ਪਰ ਕਹਿੰਦੇ ਅੰਦਰ ਜਾਣਾ ਕਾਫੀ ਸੌਖਾ ਸੀ ਕਿਉਂ ਐਸ देयर ਵਾਸ ਅ ਹੋਲ ਇਨ ਦੀ ਰੂਫ ਕਿਉਂਕਿ ਛੱਤ ਦੇ ਵਿੱਚ ਇੱਕ ਮਘੋਰਾ ਸੀ ਥਰੂ ði ਸ ਹੀ ਡਾਟਿਡ ਡਾਟੋਂ ਦਾ ਤੀਰ ਵਾਂਗੂ ਜਾਣਾ ਕਹਿੰਦੇ ਉਹ ਸਿੱਧਾ ਉਹ ਦੇ ਵਿੱਚੋਂ ਅੰਦਰ ਵੜ ਗਿਆ ਤੀਰ ਵਾਂਗੂ ਉਸਮੋ ਘਰੇ ਵਿੱਚੋਂ ਐਂਡ ਕੇਮ ਇਨਟੂ ਦੀ ਰੂਮ ਅਤੇ ਕਮਰੇ ਵਿੱਚ ਆਇਆ ਤੇ ਕੀ ਦੇਖਦਾ ਦੀ ਯੰਗ ਮੈਨ ਹੈਡ ਇਜ਼ ਹੈਡ ਬਰਿਡ ਬਰਿਡ ਹੁੰਦਾ ਵਿੱਚ ਦੱਬਿਆ ਹੋਇਆ ਅਰਥਾਤ ਉਹਨੇ ਹੱਥਾਂ ਵਿੱਚ ਲਿਆ ਹੋਇਆ ਸੀ ਆਪਣਾ ਸਿਰ ਹੱਥਾਂ ਵਿੱਚ ਟੁੱਟਿਆ ਹੋਇਆ ਸੀਗਾ ਕਿ ਸਿਰ ਉਹਦਾ ਉੱਤੇ ਹੈਗਾ ਧਸਦੇ ਤੇ ਆਪਣੇ ਸਿਰ ਨੂੰ ਦੋਨੋਂ ਹੱਥਾਂ ਨਾਲ ਟੱਕਿਆ ਹੋਇਆ ਸੀ ਦੱਬਿਆ ਹੋਇਆ ਸੀਗਾ ਉਸ ਨੌਜਵਾਨ ਨੇ ਆਪਣਾ ਸਿਰ ਹੱਥਾਂ ਵਿੱਚ ਛੁੱਟਿਆ ਹੋਇਆ ਸੀ ਸੋ ਹੀ ਡਿਡ ਨੋਟ ਹਿਅਰ ਦੀ ਫਲਟਰ ਫਲਟਰ ਹੁੰਦਾ ਫੜਫੜਾਹਟ ਫੜਕਨ ਦੀ ਆਫ ਦੀ ਵਰਡਸ ਵਰਡਸ ਵਿੰਗਸ ਜਿਹੜੇ ਪੰਛੀ ਦੇ ਖੰਭਾਂ ਦੀ ਫੜਫੜਾਹਟ ਸੀ ਫੜਕਣ ਸੀ ਉਸ ਨੂੰ ਨਹੀਂ ਸੁਣੀ ਇਸ ਲਈ ਉਸਨੇ ਪੰਛੀ ਦੇ ਖੰਭਾਂ ਦੀ ਫੜਕਣ ਨਹੀਂ ਸੁਣੀ ਐਂਡ ਵੈਨ ਹੀ ਲੁਕਡ ਅਪ ਅਤੇ ਜਦੋਂ ਉਸਨੇ ਉੱਪਰ ਨਜ਼ਰ ਚੁੱਕੀ ਹੀ ਫਾਊਂਡ ਦੀ ਬਿਊਟੀਫੁਲ ਸੈਫਾਇਰ ਲਾਈਂਗ ਔਨ ਦੀ ਵਿਦਰਡ ਵਾਇਲਟਸ ਉਸਨੇ ਮੁਰਝਾਏ ਬੈਂਗਣੀ ਫੁੱਲਾਂ ਤੇ ਸੋਹਣਾ ਨੀਲਮ ਪਿਆ ਦੇਖਿਆ ਫਿਰ ਕਹਿੰਦਾ ਬੜਾ ਖੁਸ਼ ਹੋਇਆ ਕਹਿੰਦਾ ਆਮ ਬਿਗਨਿੰਗ ਟੂ ਬੀ ਅਪਰੀਸ਼ੀਏਟਿਡ ਕਹਿੰਦਾ ਮੇਰਾ ਸਤਕਾਰ ਹੋਣਾ ਸ਼ੁਰੂ ਹੋ ਗਿਆ ਹੈ ਅਰਥਾਤ ਜਿਹੜੇ ਮੈਂ ਹਾਲ ਤੱਕ ਕੋਈ ਕੰਮ ਕੀਤੇ ਨੇ ਮੇਰੇ ਕੋਈ ਪ੍ਰਸ਼ੰਸਕ ਨੇ ਮੈਨੂੰ ਕਿਸੇ ਨੇ ਸਰਾਹਣਾ ਸ਼ੁਰੂ ਕਰ ਦਿੱਤਾ ਹੈ ਮੇਰੀ ਸਿਫ਼ਤਾਂ ਕਰਨੀ ਸ਼ੁਰੂ ਕਰ ਦਿੱਤੀਆਂ ਹੀ ਕ੍ਰਾਈਡ ਮੜੀ ਖੁਸ਼ੀ ਵਿੱਚ ਜਿੱਦਾਂ ਚਹਿਕਿਆ ਖੁਸ਼ੀ ਵਿੱਚ ਉੱਚੀ ਬੋਲਿਆ ਕੈਨਟ ਥਿਸ ਇਜ਼ ਫਰੋਮ ਸਮ ਗ੍ਰੇਟ ਐਡਮਾਇਰਰ ਐਡਮਾਇਰਰ ਹੁੰਦਾ ਪ੍ਰਸ਼ੰਸਕ ਮੇਰਾ ਕੋਈ ਫੈਨ ਕਹਿੰਦਾ ਇਹ ਕਿਸੇ ਮਹਾਨ ਪ੍ਰਸ਼ੰਸਕ ਵੱਲੋਂ ਹੈ ਕੋਈ ਦੇ ਕੇ ਗਿਆ ਉਹ ਪੰਛੀ ਤੇ ਚੁੱਪ ਕਰਕੇ ਮਲਕ ਜਾਰੇ ਛੱਡ ਕੇ ਆ ਗਿਆ ਉੱਥੇ ਕਹਿੰਦਾ ਨਾਓ ਆਈ ਕੈਨ ਫਿਨਿਸ਼ ਮਾਈ ਪਲੇ ਹੁਣ ਮੈਂ ਆਪਣਾ ਨਾਟਕ ਮੁਕੰਮਲ ਕਰ ਸਕਦਾ ਐਂਡ ਹੀ ਲੁਕਡ ਕੁਆਇਟ ਹੈਪੀ ਅਤੇ ਉਹ ਬੜਾ ਖੁਸ਼ ਨਜ਼ਰ ਆਇਆ ਦੀ ਨੈਕਸਟ ਡੇ ਦੀ ਸਵੈਲੋ ਫਲੂ ਡਾਊਨ ਔਨ ਦੀ ਹਾਰਬਰ ਅਗਲੇ ਦਿਨ ਅਬਰਾਏ ਅਬਾਬੀਲ ਉੱਡ ਕੇ ਬੰਦਰਗਾਹ ਵਾਲੇ ਪਾਸੇ ਗਿਆ ਹਾਰਬਰ ਹੁੰਦਾ ਬੱਚੋ ਜਿੱਥੇ ਜਹਾਜ਼ ਬੰਨੇ ਜਾਂਦੇ ਨੇ ਮਾਲ ਢੋਇਆ ਜਾਂਦਾ ਹੈ ਫਿਰ ਮਾਲ ਲਾਇਆ ਜਾਂਦਾ ਹੈ ਉਹਨੂੰ ਅਸੀਂ ਹਾਰਬਰ ਕਹਿ ਦਿੰਦੇ ਆ ਪੋਰਟ ਕਹਿ ਦਿੰਦੇ ਆ ਬੰਦਰਗਾਹ ਵਾਲੇ ਪਾਸੇ ਗਿਆ ਹੀ ਸੈਟ ਔਨ ਦੀ ਮਾਸਟ ਆਫ ਅ ਲਾਰਜ ਵੈਸਲ ਵੈਸਲ ਬਣੇ ਵੀ ਹੁੰਦਾ ਜਹਾਜ਼ ਲਾਰਜ ਵੈਸਲ ਵੱਡਾ ਜਹਾਜ਼ ਐਂਡ ਵਾਚਡ ਦੀ ਸੇਲਰਸ ਸੇਲਰਸ ਬਣੇ ਜਹਾਜ਼ੀ ਜਿਹੜੇ ਬਨੇ ਜਹਾਜ਼ ਦੇ ਕੰਮ ਕਰਦੇ ਨੇ ਉਹਨੂੰ ਸੇਲਰਸ ਕਹਿੰਦੇ ਨੇ ਵਰਕਿੰਗ ਕਹਿੰਦੇ ਉਹ ਇੱਕ ਵੱਡੇ ਜਹਾਜ਼ ਦੇ ਮਸਤੂਲ ਤੇ ਬੈਠਿਆ ਅਤੇ ਜਹਾਜ਼ੀਆਂ ਨੂੰ ਕੰਮ ਕਰਦੇ ਆ ਦੇਖਣ ਲੱਗਾ ਤੇ ਬੋਲ ਰਿਹਾ ਉਥੇ ਮਸਤੂਲ ਤੇ ਬੈਠਾ ਕਹਿੰਦਾ ਮੈਂ ਮਿਸਰ ਜਾ ਰਿਹਾ ਹਾਂ ਆਈ ਏਮ ਗੋਇੰਗ ਟੂ ਇਜੀਪਟ ਇਹ ਹੁਣ ਦੋ ਕੰਮ ਕਰਦੇ ਹੋਦੇ ਰਾਜਕੁਮਾਰ ਦੇ ਪਹਿਲਾਂ ਜਨਾਨੀ ਨੂੰ ਰੂਵੀ ਦਿੱਤਾ ਤੇ ਉਹ ਨੱਟਕਾਰ ਨੂੰ ਇੱਕ ਸੈਫਾਇਰ ਦੇਤਾ ਨੀਲਮ ਦੇਤਾ ਕਹਿੰਦਾ ਹੁਣ ਮੈਂ ਆਪਣਾ ਇਜੀਪਟ ਜਾ ਰਿਹਾ ਕ੍ਰਾਈਡ ਥਿਸ ਫੈਲੋ ਮਲਿ ਉੱਚੀ ਉੱਚੀ ਚਹਿਕਿਆ ਬੋਲਿਆ ਕੁਕਿਆ ਬਟ ਨੋਬਾਡੀ ਮਾਈਂਡਡ ਕਿਸੇ ਨੇ ਉਹਦੀ ਪਰਵਾਹ ਨਹੀਂ ਕੀਤੀ ਕਿਸੇ ਨੇ ਧਿਆਨ ਨਾ ਦਿੱਤਾ ਸੋਬਲੀਲ ਕੁਕਿਆ ਪਰ ਕਿਸੇ ਨੇ ਪਰਵਾਹ ਨਹੀਂ ਕੀਤੀ ਐਂਡ ਵੈਨ ਦੀ ਮੂਨ ਰੋਜ਼ ਹੀ ਫਲੂ ਬੈਕ ਟੂ ਦੀ ਹੈਪੀ ਪ੍ਰਿੰਸ ਤੇ ਜਦੋਂ ਚੰਦ ਚੜ੍ਹਿਆ ਉਹ ਮੁੜ ਕੇ ਫਿਰ ਰਾਜਕੁਮਾਰ ਕੋਲ ਆਇਆ ਅਤੇ ਜਦੋਂ ਚੰਦ ਚੜ੍ਹਿਆ ਉੱਡ ਕੇ ਮੁੜ ਖੁਸ਼ ਰਾਜਕੁਮਾਰ ਕੋਲ ਆਇਆ ਕਹਿੰਦਾ ਆਈ ਹੈ ਕਮ ਟੂ ਬਿਡ ਯੂ ਗੁੱਡਬਾਈ ਹੁਣ ਦੇਖੋ ਬਿਡ ਯੂ ਗੁੱਡਬਾਈ ਹੁੰਦਾ ਬੱਚਿਓ ਅਲਵਿਦਾ ਕਹਿਣਾ ਟਾਟਾ ਕਰਨੀ ਕਹਿੰਦਾ ਮੈਂ ਤੈਨੂੰ ਅਲਵਿਦ ਅਲਵਿਦਾ ਕਹਿਣ ਆਇਆ ਹਾਂ ਆਈ ਹੈ ਕਮ ਟੂ ਬਿਡ ਯੂ ਗੁੱਡ ਬਾਏ ਯਾਦ ਕਰ ਲਓ ਬੱਚਿਆ ਟੂ ਬਿਡ ਵਨ ਗੁੱਡ ਬਾਏ ਟੂ ਬਿਡ ਗੁੱਡ ਬਾਏ ਅਰਥਾਤ ਟਾਟਾ ਕਰਨੀ ਬਾਏ ਬਾਏ ਕਰਨੀ ਅਲਵਿਦਾ ਕਰਨੀ ਉਹਨਾਂ ਕਹਿੰਦੇ ਟੂ ਬਿਡ ਗੁੱਡ ਬਾਏ ਹੀ ਕ੍ਰਾਈਟ ਉਹ ਕੁਕਿਆ ਚਹਿਕਿਆ ਫਿਰ ਰਾਜਕੁਮਾਰ ਕਹਿੰਦੇ ਸਵੈਲੋ ਸਵੈਲੋ ਲਿਟਲ ਸਵੈਲੋ ਅਬਾ ਲੀਲ ਅਬਾ ਲੀਲ ਛੋਟੇ ਬੋਲ ਸੈਡ ਦਾ ਪ੍ਰਿੰਸ ਰਾਜਕੁਮਾਰ ਨੇ ਕਿਹਾ ਵਿਲ ਯੂ ਨਾਟ ਸਟੇ ਵਿਦ ਮੀ ਵਨ ਨਾਈਟ ਲੰਗਰ ਕੀ ਤੂੰ ਮੇਰੇ ਕੋਲ ਇੱਕ ਰਾਤ ਹੋਰ ਨਹੀਂ ਰੁਕੇਗਾ ਉਹਨਾਂ ਨੂੰ ਕਿੱਦਾਂ ਰੋਕਦਾ ਹੈ ਵਾਲੇ ਬਲੇ ਹੁਣ ਫਿਰ ਉਹ ਕੀ ਕਹਿੰਦਾ ਹੈ ਅਵਾਲੀਲ ਕਹਿੰਦੇ ਇਟ ਇਜ਼ ਵਿంటర్ ਕਹਿੰਦੇ ਇਸ ਵਲੇ ਸਿਆਲ ਹੈ ਅਵਾਲੀਲ ਕਹਿੰਦਾ ਅਨਸਰ ਥਿਸ ਵੈਲੋ ਅਵਾਲੀਲ ਨੇ ਜਵਾਬ ਦਿੱਤਾ ਐਂਡ ਦੀ ਸਨੋ ਵਿਲ ਸੂਨ ਬੀ ਥੇਰ ਅਤੇ ਛੇਤੀ ਇਥੇ ਬਰਫ ਪੈਣ ਲੱਗੇਗੀ ਸਨੋ ਅਚੇ ਬੱਚੇ ਸੀ ਬਰਫ ਵਰਤ ਸ਼ਬਦ ਵਰਤੇ ਬਰਫ ਦਾ ਇਥੇ ਸਨੋ ਦਾ ਮਤਲਬ ਹੈ ਰੂਵ ਵਾਂਗੂ ਜਿਹੜੀ ਡਿਗਦੀ ਹੈ ਪੋਲੀ ਪੋਲੀ ਬਰਫ ਹਨ ਉਹਨੂੰ ਕਿਹਾ ਸਨੋ ਇਨ ਜੇਬ ਦੀ ਸਨ ਇਜ਼ ਵਾਰਮ ਔਨ ਦੀ ਗ੍ਰੀਨ ਪਾਮ ਟਰੀਜ਼ ਪਰ ਮਿਸਰ ਵਿੱਚ ਤਾੜ ਦੇ ਰੁੱਖਾਂ ਤੇ ਨਿੱਗੀ ਧੁੱਪ ਹੈ ਇਥੇ ਠੰਡ ਹੋਏਗੀ ਤੇ ਇਹਦੇ ਸਵਾਲੂਸ਼ ਜਿਹੜੇ ਪੰਛੀ ਹੁੰਦੇ ਨੇ ਬੱਚਿਓ ਇਹ ਮਾਈਗਰੇਟਰੀ ਬर्ड ਹੁੰਦੇ ਨੇ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਤੇ ਨਿੱਗੇ ਥਾਵਾਂ ਤੇ ਚਲੇ ਜਾਂਦੇ ਨੇ ਜਦੋਂ ਮੌਸਮ ਇਹਨਾਂ ਦੇ ਆਪਣੇ ਦੇਸ਼ ਠੀਕ ਹੋ ਜਾਂਦਾ ਫਿਰ ਮੁੜ ਕੇ ਆ ਜਾਂਦੇ ਨੇ ਸੋ ਮਾਈਗਰੇਟਰੀ ਬर्ड ਹੈ ਕਹਿੰਦੇ ਇਹ ਬੜੇ ਠੀਕ ਹੈ ਸੋ ਕਹਿੰਦੇ ਮਿਸਰ ਵਿੱਚ ਤਾੜ ਦੇ ਰੁੱਖਾਂ ਤੇ ਨੀਲੀ ਨਿੱਗੀ ਧੁੱਪ ਹੈ ਤਾੜ ਦੇ ਰੁੱਖ ਜਿਹੜੇ ਹੁੰਦੇ ਪਾਮ ਟਰੀਜ਼ ਕਹਿੰਦੇ ਨੇ ਬੱਚਿਓ ਜਿਹੜੀ ਖਜੂਰ ਦੀ ਫੈਮਿਲੀ 'ਚ ਹੁੰਦੇ ਨੇ ਇਹਨਾਂ ਦਾ ਤਣਾ ਸਿੱਧਾ ਹੁੰਦਾ ਟਾਵਰ ਵਾਂਗੂ ਖੰਭੇ ਵਾਂਗੂ ਤੇ ਉੱਪਰ ਜਿਹੜੀਆਂ ਕ੍ਰਾਊਨ ਵਾਂਗੂ ਇੱਕ ਤਾਜ ਵਾਂਗੂ ਜਾਂ ਤੇ ਜਿਹੜਾ ਤਣਾ ਹੁੰਦਾ ਹੈ ਤੇ ਟਾਣੀਆਂ ਨਿੱਕੇ ਨਿੱਕੇ ਸ਼ਾਖਾਂ ਨਹੀਂ ਹੁੰਦੀਆਂ ਉਹਨੂੰ ਅਸੀਂ ਪਾਮ ਟਰੀਜ਼ ਕਹਿ ਦਿੰਦੇ ਹਾਂ ਠੀਕ ਹੈ ਸਾਂਝੇ ਤੌਰ ਤੇ ਮਨ ਲਈ ਜੇ ਤੁਸੀਂ ਖਜੂਰ ਦਾ ਪੇੜ ਦੇਖਿਆ ਤੇ ਉਹ ਖਜੂਰ ਦਾ ਪੇੜ ਵੀ ਪਾਮ ਟਰੀਜ਼ ਦੀ ਕੈਟਾਗਰੀ 'ਚ ਜਾਂਦਾ ਹੈ ਤੇ ਉਹ ਕਹਿੰਦਾ ਵੀ ਇੱਥੇ ਤੇ ਠੰਡ ਬੜੀ ਵੇਗੀ ਤੇ ਸਦੀ برف ਪੈਣ ਲੱਗ ਜਾਣੀ ਹੈ ਤੇ ਇਜੀਪਟ ਵਿੱਚ ਤੇ ਕਹਿੰਦੇ ਬੜੀ ਨਿੱਗੀ ਧੋਪ ਹੈਗੀ ਹੈ ਤੇ ਉੱਥੇ ਗ੍ਰੀਨ ਹਰੇ ਭਰੇ ਜਿਹੜੇ ਪਾਮ ਟਰੀਜ਼ ਹੈਗੇ ਨੇ ਤਾੜ ਦੇ ਰੁਖ ਨੇ ਐਂਡ ਦੀ ਕਰੋਕੋਡਾਈਲਸ ਮਦਰ ਮਚ ਲਾਈ ਇਨ ਦਾ ਮਡ ਮਿੱਟੀ 'ਚ ਲੰਮੇ ਪਏ ਹੋਏ ਐਂਡ ਲੁੱਕ ਲੇਜ਼ੀਲੀ ਅਬਾਊਟ ਥੈਮ ਅਤੇ ਮਗਰਮਾ ਵਿੱਚ ਮਿੱਟੀ 'ਚ ਲੰਮੇ ਪੈਰ ਸੁਸਤੀ ਨਾਲ ਆਪਣੇ ਆਲੇ-ਦੁਆਲੇ ਦੇਖਦੇ ਨੇ ਇਹ ਉੱਥੇ ਦਾ ਨਜ਼ਾਰਾ ਬੰਦਾ ਪਿਆ ਕਿ ਮੈਂ ਉਹ ਸਾਸ ਵਿੱਚ ਆਂ ਕਿ ਖੇਤੀ ਜਤੀ ਉੱਥੇ ਜਾਵਾਂ ਤੇ ਇਹ ਨਜ਼ਾਰੇ ਲਵਾਂ ਤੇ ਇੱਥੇ ਤੇ ਸنو ਪੈਣੀ ਸ਼ੁਰੂ ਹੋ ਜਾਣੀ ਹੈ ਹੁਣ ਅੱਗੇ ਫਿਰ ਰਾਜਮਾਰਗੀ ਕਹਿੰਦਾ ਹੈ ਕਹਿੰਦਾ ਇਨ ਦੀ ਸਕੁਅਰ ਬਿਲੋ ਹੁਣ ਸਕੁਅਰ ਮੈਨੇ ਬੱਚੋ ਵਰਗ ਵੀ ਹੁੰਦਾ ਜੋ ਤੁਸੀਂ ਆਪਣੀ ਜੀਓਮੈਟਰੀ ਵਿੱਚ ਮੈਥ ਵਿੱਚ ਪੜਿਆ ਤੇ ਸਕੁਅਰ ਮੈਨੇ ਇੱਕ ਖੁੱਲਾ ਕੰਪਾਊਂਡ ਕਿਸੇ ਬਾਜ਼ਾਰ ਵਿੱਚ ਉਹਨੂੰ ਵੀ ਕਹਿ ਦਿੰਦੇ ਆ ਤੇ ਚੌਂਕ ਨੂੰ ਵੀ ਕਹਿ ਦਿੰਦੇ ਆ ਚੌਂਕ ਦਾ ਜਿਹੜਾ ਵਿਚਲਾ ਉਹ ਇੱਕ ਚਕੋਰ ਵਾਂਗੂ ਬਣ ਜਾਂਦਾ ਹੈ ਚਤੁਰਭੁਜ ਬਣ ਜਾਂਦਾ ਹੈ ਵਰਗ ਬਣ ਜਾਂਦਾ ਹੈ ਉਹਨੂੰ ਸਕੁਅਰ ਕਰਨੇ ਆ ਚੌਕ ਇੱਥੇ ਮਤਲਬ ਚੌਕ ਕਿਉਂਕਿ ਇਹ ਬਿਲੋ ਕਹਿ ਰਿਹਾ ਥੱਲੇ ਅਰਥਾਤ ਕਿਉਂਕਿ ਜਿਹੜਾ ਬੁੱਤ ਹੈਗਾ ਉਹ ਬੜੇ ਉੱਚੇ ਥੰਮ ਉੱਤੇ ਟਿਕਾਇਆ ਹੋਇਆ ਤੇ ਉੱਚੀ ਥਾਂ ਤੇ ਹੈਗਾ ਕਹਿੰਦਾ ਥੱਲੇ ਚੌਕ ਵਿੱਚ ਸੈਟ ਦੀ ਹੈਪੀ ਪ੍ਰਿੰਸ ਹੈਪੀ ਪ੍ਰਿੰਸ ਉਹਨੂੰ ਕਹਿ ਰਿਹਾ ਉਹ ਗੱਲਾਂ ਉੱਥੇ ਦੀ ਕਰ ਰਿਹਾ ਜਿਵੇਂ ਦੀਆਂ ਹੁਣ ਜਿਹੜਾ ਪ੍ਰਿੰਸ ਹੈ ਹੁਣ ਇੱਕ ਹੋਰ ਮੁਸ਼ਕਿਲ ਵੱਲ ਧਿਆਨ ਦਿਵਾ ਰਿਹਾ ਉਹਦਾ ਕਹਿੰਦਾ ਥੇਅਰ ਸਟੈਂਡਸ ਅ ਲਿਟਲ ਮੈਚ ਗਰਲ ਮੈਚ ਗਰਲ ਮਨੇ ਮਾਚਸ ਦੀ ਤੀਲੀਆਂ ਵੇਚਣ ਵਾਲੀ ਮਾਰਸਾਂ ਵੇਚਣ ਵਾਲੀ ਹੁਣ ਬੱਚਿਆ 19ਵੀਂ ਸਦੀ ਦਾ ਲਿਖਾਰੀ ਹੈ ਉਦੋਂ ਅੱਜ ਦੇ ਜ਼ਮਾਨੇ ਚ ਸਾਰੀਆਂ ਸਹੂਲਤਾਂ ਉੱਥੇ ਵੀ ਨਹੀਂ ਸੀਗੀਆਂ ਜਿੱਦਾਂ ਸਾਡੇ ਇੰਡੀਆ ਚ 30 35 ਸਾਲ ਪਹਿਲੇ ਬੁਰਾ ਹਾਲ ਸੀ ਇੱਥੇ ਇੰਗਲੈਂਡ ਵਿੱਚ ਵੀ ਧੀ ਸੀਵਾ ਕਰੀਬ 100 ਸਾਲ ਪਹਿਲੇ ਮਤਲਬ 19ਵੀਂ ਸਦੀ ਦੀ ਗੱਲ ਹੈ ਹੁਣ ਤੇ ਇੱਕ ਵੀ ਸਦੀ ਚਲਦੀ ਪਈ ਹੈ ਸੋ ਕਹਿੰਦੇ देयर स्टैंडਸ ਅ ਲिटल ਮੈਚ ਗਰਲ ਮਾਰਚਾਂ ਵੇਚਣ ਵਾਲੀ ਇੱਕ ਛੋਟੀ ਕੁੜੀ ਖੜੀ ਹੈ ਤੇ ਕਹਿੰਦੇ ਸ਼ੀ ਹੈਜ਼ ਲੈਟਰ ਮੈਚੇਸ ਫੈਲ ਫਾਲ ਇਨ ਦੀ ਗਟਰ ਗਟਰ ਮੈਨੇ ਗੰਦੀ ਨਾਲੀ ਜੇ ਸਾਰਾ ਇਹ ਮਲਮ ਉਤਰ ਜਾਂਦਾ ਹੈ ਕਹਿੰਦੇ ਉਸ ਕੋਲੋਂ ਉਸ ਦੀਆਂ ਮਾਚਸਾਂ ਗੰਦੀ ਨਾਲੀ ਵਿੱਚ ਡਿੱਗ ਗਈਆਂ ਹਨ ਗਲਤੀ ਨਾਲ ਤੁਹਾਡੇ ਗਈਆਂ ਐਂਡ ਦੇ ਆਰ ਆਲ ਸਪੋਇਲਡ ਤੇ ਸਾਰੀਆਂ ਖਰਾਬ ਹੋ ਗਈਆਂ ਅਤੇ ਉਹ ਸਾਰੀਆਂ ਤੇ ਜੇ ਮਾਚਸਾਂ ਪਾਣੀ ਚ ਜਿਗ ਜਾਂਦੇ ਖਰਾਬ ਹੋ ਜਾਂਦੀਆਂ ਤੇ ਉਹ ਕੀ ਵੇਚੇਗੀ ਤੇ ਕੀ ਖੱਟੇਗੀ ਹਰ ਫਾਦਰ ਵਿਲ ਬੀਟ ਹਰ ਉਹਦਾ ਪਿਓ ਨੂੰ ਕੁੱਟੇਗਾ ਇਫ ਸ਼ੀ ਡਸ ਨੋਟ ਬ੍ਰਿੰਗ ਹੋਮ ਸਮ ਮਨੀ ਜੇ ਉਹ ਕੁਝ ਕਮਾ ਕੇ ਕੁਝ ਪੈਸੇ ਕਾਰਨ ਲੈ ਕੇ ਆਈ ਜੇ ਉਹ ਕੁਝ ਪੈਸੇ ਕਾਰਨ ਲਿਆਈ ਤਾਂ ਉਸਦਾ ਪਿਓ ਉਸ ਨੂੰ ਕੁੱਟੇਗਾ ਐਂਡ ਸ਼ੀ ਇਜ਼ ਕ੍ਰਾਈਂਗ ਅਤੇ ਰੋਂਦੀ ਪਈ ਹੈ ਸ਼ੀ ਹੈਜ਼ ਨੋ ਸ਼ੂਜ਼ অর ਸਟਾਕਿੰਗ ਸਟਾਕਿੰਗ ਹੁੰਦੇ ਬੱਚੇ ਵੱਡੀਆਂ ਜਰਾਬਾਂ ਲੰਬੀਆਂ ਜਰਾਬਾਂ ਜਿਹੜੀਆਂ ਉੱਤੇ ਲੱਤ ਤੱਕ ਵੀ ਗੋਡਿਆਂ ਤੋਂ ਵੀ ਉੱਪਰ ਵੀ ਪੱਟਾਂ ਦਾ ਕਾਜਾ ਨੂੰ ਕਿਉਂ ਠੰਡੇ ਦੇਸ਼ਾਂ ਵਿੱਚ ਇਦਾਂ ਦੀਆਂ ਜਰਾਬਾਂ ਪਾਈਆਂ ਜਾਂਦੀਆਂ ਉਸ ਕੋਲ ਜੁੱਤੀਆਂ ਜਾਂ ਵੱਡੀਆਂ ਜਰਾਬਾਂ ਵੀ ਨਹੀਂ ਹਨ ਤਾਂ ਕਿ ਉਹ ਬੋਟਾਂ ਜਾਂ ਜਰਾਬਾਂ ਰਹੀਂ ਉਹ ਚ ਗੱਟਰ ਚ ਵੜ ਕੇ ਉਹਨਾਂ ਨੂੰ ਕਿਤੇ ਜੋ ਜੋ ਮਾੜਾ ਮੋਟਾ ਕੋਈ ਅਗਰ ਬੱਚਾ ਹੋਏਗਾ ਤੇ ਮਾਸਾ ਨੂੰ ਕੱਢ ਲਵੇ ਤੇ ਬਚਾ ਲਵੇ ਐਂਡ ਹਰ ਲਿਟਲ ਹੈਡ ਇਜ਼ ਬੇਅਰ ਅਤੇ ਉਸ ਦਾ ਛੋਟਾ ਜਿਹਾ ਸਿਰ ਨੰਗਾ ਹੈ ਪੀਨੀ ਗਰੀਬੀ ਹੈ ਪੀਨੀ ਠੰਡੇ ਤੋਂ ਸਿਰ ਵੀ ਨੰਗਾ ਹੈ ਜੋਕੀ ਕਹਿੰਦਾ ਕਹਿੰਦਾ ਪਲਕ ਆਊਟ ਮਾਈ ਅਦਰ ਆਈ ਕਹਿੰਦਾ ਮੇਰੀ ਦੂਜੀ ਅੱਖ ਕੱਢ ਐਂਡ ਗਿਵ ਇਟ ਟੂ ਹਰ ਅਤੇ ਉਸ ਨੂੰ ਦੇ ਦੇ ਐਂਡ ਹਰ ਫਾਦਰ ਵਿਲ ਨਾਟ ਬੀਟ ਹਰ ਅਤੇ ਉਸ ਦਾ ਪਿਓ ਉਸ ਨੂੰ ਨਹੀਂ ਕੁੱਟੇਗਾ ਆਈ ਵਿਲ ਸਟੇ ਵਿਦ ਯੂ ਵਨ ਨਾਈਟ ਲੌਂਗਰ ਉਹਨਾਂ ਉਹਨਿਆ ਗੱਲ ਸੁਣੀ ਤੇ ਫਿਰ ਉਹ ਕਹਿੰਦਾ ਠੀਕ ਹੈ ਮੈਂ ਤੇਰੇ ਕੋਲ ਇੱਕ ਰਾਤ ਹੋਰ ਠਹਿਰਾਂਗਾ ਮੈਂ ਤੇਰੇ ਨਾਲ ਇੱਕ ਹੋਰ रात होर टिकांगा द स्वेलो बट आई कैन नॉट प्लक आउट योर आई पर मैं तेरी हम अख जड़ी है नहीं कट क्यों यू वुड बी क्वाइट ब्लाइंड दैन पूरा अन्ना हो जाएगा पहले ते ते तेरी रहे हैं. तो तेरी एक अख क्ढ़ी है तो दूजी अख भी क्डन कह हैं है जो दोनों अखा नहीं रही फिर तो तू पूरा अन्ना हो जाएगा फिर कहने स्वैलो स्वेलो लिटल स्वैलो अबा भील अबा वीर छोटे अबा भील सैट द प्रिंस राजकुमार ने क्या डू एज आई कमांड यू ਜਿਵੇਂ ਮੈਂ ਤੈਨੂੰ ਹੁਕਮ ਕਰਦਾ ਉਵੇਂ ਹੀ ਕਰ ਸੋ ਇਹ ਬੱਚਿਓ ਇੱਥੇ ਤੱਕ ਮੈਂ ਕੀਤਾ ਹੈ ਪਾਰਟ 2 ਜਿਵੇਂ ਪਹਿਲੇ ਕਿਹਾ ਕਿ ਵੀਡੀਓ ਬਹੁਤ ਲੰਬਾ ਨਾ ਹੋ ਜਾਏ ਇਸ ਕਰਕੇ ਮੈਂ ਇਹਨੂੰ ਕਿਸ਼ਤਾਂ 'ਚ ਵੰਡਿਆ ਪਰ ਅਗਲੇ ਭਾਗ ਤੀਜੇ ਭਾਗ ਵਿੱਚ ਇਹ ਸਾਰੀ ਕਹਾਣੀ ਸਮਾਪਤ ਹੋ ਜਾਏਗੀ ਸੋ ਇਹਦਾ ਅੰਤ ਬੱਚਿਓ ਬੜਾ ਹੀ ਬੜਾ ਹੀ ਪਿਆਰਾ ਬਹੁਤ ਹੀ ਵਧੀਆ ਤੇ ਦਿਲ ਨੂੰ ਛੂਹਣ ਵਾਲਾ ਹੈ ਬੜੀ ਪ੍ਰੇਰਣਾਦਾਇਕ ਤੇ ਇਨਸਾਨੀ ਜਜ਼ਬੇ ਜਗਾਉਣ ਵਾਲੀ ਜਿਹੜੀ ਹੈਗੀ ਕਹਾਣੀ ਹੈਗੀ ਹੈ ਮੈਨੂੰ ਬੜੀ ਪਸੰਦ ਆਈ ਹੈ ਇਸੀ ਕਰਕੇ ਮੈਂ ਕਹਿ ਵੀ ਹੈ ਕਹਾਣੀ ਸਿਰ ਵਿਦਿਆਰਥੀਆਂ ਲਈ ਨਹੀਂ ਸਾਰਿਆਂ ਨੂੰ ਪੜ੍ਹਨੀ ਸੁਣਨੀ ਚਾਹੀਦੀ ਹੈ ਸੋ ਪਿਆਰੇ ਵਿਦਿਆਰਥੀ ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ ਆਪਣੀ ਮਿਹਨਤ ਕਰੀ ਚਲੋ ਤੇ ਇਹ ਪੜਾਈ ਜਣੀ ਹੈ ਇਹ ਸਿਰਫ ਤੁਸੀਂ ਲੈਂਗੁਏਜ ਦੀ ਸਟਡੀ ਲਈ ਨਾ ਕਰੋ ਇਹਨਾਂ ਗੱਲਾਂ ਤੋਂ ਆਪਣੇ ਜੀਵਨ ਵਿੱਚ ਵੀ ਕੁਝ ਚੰਗੀਆਂ ਗੱਲਾਂ ਅਪਣਾਉਣ ਦੀ ਕੋਸ਼ਿਸ਼ ਕਰੀਏ ਜੋ ਕਹਾਣੀ 'ਚ ਇਹ ਜਜ਼ਬਿਆਂ ਨੂੰ ਉਬਾਰਿਆ ਗਿਆ ਪਰਮਾਤਮਾ ਕਰੇ ਸਾਡੇ ਵਿੱਚ ਵੀ ਉਹ ਜਜ਼ਬੇ ਜਿਹੜੇ ਆਣ ਤਾਂ ਕਿ ਅਸੀਂ ਦੂਜੇ ਦੀ ਮਦਦ ਕਰੀਏ ਤੇ ਸਾਡਾ ਸਮਾਜ ਮਧਿਆ ਭਣੇ ਜਿਵੇਂ ਗੁਰਸਾਹਿਬ ਨੇ ਵੀ ਕਿਹਾ ਕਿ ਸਰਬਤ ਦਾ ਪਲਾਸ ਨੂੰ ਲੋਚਣਾ ਚਾਹੀਦਾ ਸੋ ਇਹ ਚਾ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਤੇ ਇਹਦਾ ਕਹਾਣੀ ਦਾ ਅੰਤ ਜਿਹੜਾ ਬੱਚੋ ਬੜਾ ਹੀ ਪਿਆਰਾ ਹੈਗਾ ਸੋ ਤੁਸੀਂ ਅਗਲੇ ਵੀਡੀਓ ਦੀ ਉਡੀਕ ਕਰੋ ਤੇ ਤਦ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ